ਸਰਦਾਰੀ ਪ੍ਰੋਗਰਾਮ ਦੇਖਣ ਜਾ ਰਹੇ ਸਾਰੇ ਦਰਸ਼ਕਾਂ ਨੂੰ ਰਾਣਾ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ। ਪਿਛਲੇ ਹਫਤੇ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ, ਬਹੁਤ ਬਹੁਤ ਧੰਨਵਾਦ। ਅੱਜ ਅਪ੍ਰੈਲ ਮਹੀਨੇ ਦੇ ਇਸ ਭੁਲੇਠੇ ਪ੍ਰੋਗਰਾਮ ਦੇ ਵਿੱਚ ਆਪਾਂ ਬਲਵੰਤ ਸਿੰਘ ਰਾਜੋਆਣਾ ਬਾਰੇ ਗੱਲਬਾਤ ਕਰਾਂਗੇ ਔਰ ਨਾਲ ਦੀ ਨਾਲ ਕੁਝ ਇੱਕ ਸਥਾਨਕ ਗਤੀਵਿਧੀਆਂ ਹੋਣਗੀਆਂ। ਬਹੁਤ ਸਾਰੇ ਸ਼ੋਜ਼ ਇਸ ਵੀਕਐਂਡ ਤੇ ਹੋਣ ਜਾ ਰਹੇ ਨੇ, ਉਹਨਾਂ ਦੀ ਗੱਲਬਾਤ ਕੀਤੀ ਜਾਵੇਗੀ ਔਰ ਨਾਲ ਦੀ ਨਾਲ ਇਹਨਾਂ ਗਰਮੀਆਂ ਦਾ ਪਹਿਲਾ ਲੌਂਗ ਵੀਕਐਂਡ ਆਪਾਂ ਮਨਾ ਰਹੇ ਹਾਂ। ਸੋ ਅੱਜ ਜਿਹੜਾ ਸ਼ਨੀਚਰਵਾਰ ਹੈ ਤੇ ਕੱਲ ਸੀ ਗੁੱਡ ਫਰਾਈਡੇ। ਸੋ ਜੀਸਸ ਕ੍ਰਾਈਸਟ ਦਾ ਇੱਕ ਢੰਗ ਦੇ ਨਾਲ ਆਪਾਂ ਕਹਿ ਲਈਏ ਕਿ ਸ਼ਹੀਦੀ ਦਿਵਸ ਦੇ ਤੌਰ ਤੇ ਗੁੱਡ ਫਰਾਈਡੇ ਮਨਾਇਆ ਜਾਂਦਾ ਔਰ ਕੱਲ ਨੂੰ ਹੈਗਾ ਈਸਟਰ ਸੰਡੇ। ਸੋ ਹਾਲਾਂਕਿ ਬਹੁਤੇ ਜਿਹੜੇ ਕ੍ਰਿਸਚੀਅਨ ਨੇ ਉਹ ਮੰਨਦੇ ਨੇ ਕਿ ਈਸਟਰ ਸੰਡੇ ਦਾ ਜਿਹੜਾ ਗੁੱਡ ਫਰਾਈਡੇ ਦੇ ਨਾਲ ਕੋਈ ਬਹੁਤਾ ਜਾਂ ਫਿਰ ਇਸ ਧਰਮ ਦੇ ਨਾਲ ਕੋਈ ਬਹੁਤਾ ਲੈਣਾ ਦੇਣਾ ਹੈ ਨਹੀਂ, ਇਹ ਮੌਸਮੀ ਤਿਉਹਾਰ ਵਜੋਂ ਮਨਾਇਆ ਜਾਂਦਾ। ਪਰ ਕੁਝ ਇੱਕ ਜਿੱਦਾਂ ਆਪਣੇ ਸਾਰੇ ਧਰਮਾਂ ਦੇ ਵਿੱਚ ਇਹੀ ਗੱਲ ਹੈ ਕਿ ਜਿਹੜੇ ਕੁਝ ਇੱਕ ਜਿਹੜੇ ਮੌਸਮੀ ਤਿਉਹਾਰ ਸਨ ਸੋ ਉਹਨਾਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਦੇ ਨਾਲ ਧਰਮ ਦੇ ਨਾਲ ਜੋੜ ਦਿੱਤਾ ਗਿਆ। ਪਰ ਫਿਰ ਵੀ ਇਸ ਲੌਂਗ ਵੀਕਐਂਡ ਦੀਆਂ ਈਸਟਰ ਦੀਆਂ ਤੇ ਗੁੱਡ ਫਰਾਈਡੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਆਓ ਫਿਰ ਜਿਹੜੀ ਪਿਛਲੇ ਦਿਨੀ ਜਿਹੜੀ ਕੇਸਰੀ ਰੈਲੀ ਕੀਤੀ ਗਈ ਸੀ ਓਟਵਾ ਦੇ ਵਿੱਚ, ਸੋ ਉਸ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਕਿਉਂਕਿ ਬ੍ਰਹਮਜੀਤ ਸਿੰਘ ਹੋਰਾਂ ਦੇ ਨਾਲ ਕੀਤੀ ਗਈ ਇੰਟਰਵਿਊ ਕੰਪਲੀਟ ਹੋ ਗਈ ਸੀ। ਉਸ ਇੰਟਰਵਿਊ ਨੂੰ ਤੁਸੀਂ ਇੰਟਰਨੈਟ ਤੇ ਜਾ ਕੇ ਵੀ ਦੇਖ ਸਕਦੇ ਹੋ, ਕੰਪਲੀਟ ਜਿਹੜੀ ਤਕਰੀਬਨ 45 ਮਿੰਟ ਦੀ ਇੰਟਰਵਿਊ ਹੈ ਜਿਹੜੀ ਕਿ ਆਪਾਂ ਚਾਰ ਭਾਗਾਂ ਦੇ ਵਿੱਚ ਟੀਵੀ ਤੇ ਤੁਹਾਡੇ ਨਾਲ ਸਾਂਝੀ ਕੀਤੀ ਸੀ, ਤੁਸੀਂ ਬਹੁਤ ਪਸੰਦ ਕੀਤਾ। ਔਰ ਹੁਣ ਆਪਾਂ ਅਗਲੇ ਹਫਤੇ ਤੋਂ ਪ੍ਰਿੰਸੀਪਲ ਗੁਰਭਜਨ ਸਿੰਘ ਜੀ ਹੋਰਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਸ਼ੁਰੂ ਕਰਾਂਗੇ, ਉਹਨੂੰ ਲੜੀਵਾਰ ਅੱਗੇ ਤੱਕ ਚਲਾਵਾਂਗੇ। ਔਰ ਉਸ ਤੋਂ ਬਾਅਦ ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਹੋਰਾਂ ਦੇ ਨਾਲ ਪੰਜਾਬ ਤੋਂ ਗੱਲਬਾਤ ਜਿਹੜੀ ਕੀਤੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਨਾਲ ਦੀ ਨਾਲ ਸੁਖਵਿੰਦਰ ਸਿੰਘ ਸਬਰਾਹ ਹੋਰਾਂ ਦੇ ਨਾਲ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਲੰਬੀ ਚੌੜੀ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ। ਆਓ ਫਿਰ ਤੁਹਾਨੂੰ ਓਟਵਾ ਲੈ ਕੇ ਚੱਲਦੇ ਹਾਂ ਜਿੱਥੇ ਪਿਛਲੇ ਬੁੱਧਵਾਰ ਵੀਕਡੇਜ਼ ਹੋਣ ਦੇ ਬਾਵਜੂਦ 5000 ਤੋਂ ਉੱਪਰ ਸਿੱਖ ਸੰਗਤਾਂ ਨੇ ਪਹੁੰਚ ਕੇ ਇਸ ਰੈਲੀ ਦੇ ਵਿੱਚ ਹਿੱਸਾ ਲਿਆ ਔਰ ਪਾਰਲੀਮੈਂਟ ਬਿਲਡਿੰਗ ਦੇ ਮੂਹਰੇ ਇਹ ਸਾਰੀ ਰੈਲੀ ਜਿਹੜੀ ਸੀ ਕੀਤੀ ਗਈ ਔਰ ਜਿਹਦੀ ਇੱਕ ਗੱਲ ਜਿਹੜੀ ਖਾਸੀਅਤ ਵਿਸ਼ੇਸ਼ ਤੌਰ ਦੇ ਉੱਪਰ ਜਿਸਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਕੁਝ ਇੱਕ ਉਹ ਧਿਰਾਂ, ਕੁਝ ਇੱਕ ਉਹ ਸੰਸਥਾਵਾਂ, ਕੁਝ ਇੱਕ ਉਹ ਵਿਅਕਤੀ ਜਿਹੜੇ ਤਕਰੀਬਨ ਪਿਛਲੇ 17-18 ਸਾਲ ਤੋਂ ਮੈਨੂੰ ਖੁਦ ਨੂੰ ਦੇਖਦਿਆਂ ਹੋ ਗਿਆ ਕਿ ਵਿਚਾਰਧਾਰਕ ਤੌਰ ਤੇ ਬੜੇ ਵੱਡੇ ਵਖਰੇਵੇਂ ਰਹੇ ਨੇ, ਵਿਚਾਰਧਾਰਕ ਤੌਰ ਤੇ ਇੱਕ ਦੂਜੇ ਦਾ ਵਿਰੋਧ ਵੀ ਉਹ ਸੰਸਥਾਵਾਂ ਕਰਦੀਆਂ ਆਈਆਂ ਨੇ, ਪਰ ਇਸ ਮੁੱਦੇ ਤੇ ਉਹ ਇਕਜੁੱਟ ਸਨ ਔਰ ਬਲਕਿ ਇੱਕੋ ਕਾਰ ਦੇ ਵਿੱਚ ਬਹਿ ਕੇ ਜਿਹੜੇ ਬਹੁਤ ਸਾਰੇ ਇਹੋ ਜਿਹੇ ਸਾਥੀ ਜਿਹੜੇ ਸਨ ਉਹ ਉੱਥੇ ਪਹੁੰਚੇ ਔਰ ਜਿਹੜੀ ਚੀਜ਼ ਇਹ ਦਰਸਾਉਂਦੀ ਆ ਕਿ ਸਾਡਾ ਭਾਵੇਂ ਕਿ ਵਿਚਾਰ ਇੱਕ ਦੂਜੇ ਦੇ ਨਾਲ ਨਾ ਵੀ ਮਿਲਦੇ ਹੋਣ ਪਰ ਕੁਝ ਤਾਂ ਹੈ ਜਿਹੜਾ ਸਾਡਾ ਸਾਂਝਾ। ਸਾਰੀਆਂ ਜਥੇਬੰਦੀਆਂ ਇਸ ਦੇ ਲਈ ਵਧਾਈ ਦੀਆਂ ਹੱਕਦਾਰ ਨੇ। ਆਓ ਫਿਰ ਓਟਵਾ ਵਿਚਲੀ ਰੈਲੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਸ ਕੈਨੇਡਾ ਦੀ ਧਰਤੀ ਉੱਤੇ ਨਹੀਂ ਬਲਕਿ ਵਿਸ਼ਵ ਵਿੱਚ ਜਿੰਨੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਆਪਸ ਵਿੱਚ ਵੀ ਜਿੰਨੇ ਇੱਕ ਦੂਜੇ ਨਾਲ ਮਨ ਮੁਤਾਬ ਸਨ ਉਹ ਸਾਰੇ ਭੁਲਾ ਕੇ ਏਕਤਾ ਦੇ ਪਲੇਟਫਾਰਮ ਤੇ ਆ ਗਏ। ਅੱਜ ਏਕਤਾ ਦੇ ਰੂਪ ਵਿੱਚ ਵਿਸ਼ਵ ਵਿੱਚੋਂ ਆਵਾਜ਼ ਉੱਠਦੀ ਹੈ, ਨਿਊਜ਼ੀਲੈਂਡ ਤੋਂ ਲੈ ਕੇ ਕੈਨੇਡਾ ਤੱਕ ਜਿੱਥੋਂ ਤੱਕ ਸੂਰਜ ਰੋਸ਼ਨੀ ਕਰਦਾ ਧਰਤੀ ਨੇ, ਖਾਲਸਾ ਪੰਥ ਨੇ ਆ ਕੇਸਰੀ ਪਰਚਮ ਲਹਿਰਾ ਰਹੇ ਹਨ।
ਔਰ ਤੁਹਾਡਾ ਇਸ ਵਿਸ਼ੇ ਉੱਤੇ ਵਿਚਾਰ ਕਰਦਿਆਂ ਤੁਹਾਨੂੰ ਬਹੁਤ ਵੱਡੀਆਂ ਇਸ ਗੱਲ ਦੀਆਂ ਮੁਬਾਰਕਾਂ ਨੇ। ਸਰਕਾਰ ਨੇ ਭਾਵੇਂ ਜੋ ਫੈਸਲਾ ਕਰਨਾ ਉਹ ਰਾਜ ਵਾਲਿਆਂ ਦੇ ਹੱਕ ਵਿੱਚ, ਉਸਨੇ ਖੁਦ ਆਪ ਮੰਨਿਆ ਕਿ ਮੈਨੂੰ ਫਾਂਸੀ ਦਿਓ। ਅੱਜ ਦਾ ਸਾਡਾ ਇੱਥੇ ਆਉਣ ਦਾ ਜੋ ਮਕਸਦ ਹੈ, ਮੈਂ ਤਾਂ ਇਹ ਕਹਾਂਗਾ ਇਹਦੇ ਵਿੱਚ ਸਾਡੀ ਬਹੁਤ ਵੱਡੀ ਜਿੱਤ ਹੋਈ ਹੈ, ਕਿਉਂਕਿ ਇਹਨਾਂ ਨੂੰ ਚਾਹੇ ਅਸੀਂ ਕੈਨੇਡੀਅਨ ਗੌਰਮੈਂਟ ਨੂੰ ਜੋ ਪਟੀਸ਼ਨ ਇੱਥੇ ਇਹਨਾਂ ਨੂੰ ਦਿੱਤੀ ਹੈ ਤਾਂ ਕਿ ਇੰਡੀਅਨ ਗੌਰਮੈਂਟ ਤੱਕ ਇਹ ਪਟੀਸ਼ਨ ਪਹੁੰਚਾਈ ਜਾਵੇ, ਜੋ ਕਿ ਦੁਨੀਆਂ ਦੇ ਵਿੱਚ ਫਾਂਸੀ ਦਿੱਤੀ ਜਾਂਦੀ ਹੈ ਉਸ ਨੂੰ ਬਿਲਕੁਲ ਖਤਮ ਕੀਤਾ ਜਾਵੇ। ਯੂਨਾਈਟਿਡ ਨੇਸ਼ਨ ਦੇ ਚਾਰਟਰ ਆਫ ਰਾਈਟਸ ਦੇ ਮੁਤਾਬਕ ਇਹ ਜੋ ਹੈ ਉਸ ਦੀ ਅਸਾਂ ਡਿਮਾਂਡ ਕੀਤੀ ਹੈ ਤਾਂ ਕਿ ਇੰਡੀਆ ਗੌਰਮੈਂਟ ਤੱਕ ਇਹ ਸੁਨੇਹਾ ਪੁੱਜੇ। ਮੈਂ ਤਾਂ ਭਾਈ ਸਾਹਿਬ ਭਾਈ ਬਲਵੰਤ ਸਿੰਘ ਦੀ ਰਾਜੋਆਣਾ, ਮੈਂ ਉਹ ਅੱਜ ਦੇ ਸਮੇਂ ਦੇ ਬਹੁਤ ਵੱਡੇ ਇੱਕ ਅਣਖੀਲੇ ਅਤੇ ਯੋਧੇ ਸਾਬਤ ਹੋਏ ਨੇ ਜਿਨ੍ਹਾਂ ਨੇ ਇਹ ਦੱਸਤਾ ਕਿ ਸਿੱਖ ਕੌਮ ਦੀ ਅਣਖ ਨਹੀਂ ਮਰੇ। ਅੱਜ ਦਾ ਪਿਛਲਾ ਜੋ ਇਤਿਹਾਸ ਭਾਈ ਮਤੀ ਦਾਸ ਅਤੇ ਭਾਈ ਸੋਟੀ ਦਾਸ ਅਤੇ ਦਿਆਲਾ ਜੀ ਦੀ, ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਨੇ ਅੱਜ ਸਾਨੂੰ ਲਿਆ ਕੇ ਦਰਸਾ ਦਿੱਤੀਆਂ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਮਤੀ ਦਾਸ ਅਤੇ ਭਾਈ ਸਤੀ ਦਾਸ ਜੀ ਵੀ ਅੱਜ ਵੀ ਇਸ ਸੰਸਾਰ ਦੇ ਉੱਪਰ ਜਿਉਂਦੇ ਨੇ ਅਤੇ ਅਣਖ ਨਾਲ ਜਿਉਣ ਵਾਲੇ ਹਨ। ਅਸੀਂ ਇਹ ਮਤ ਭੁੱਲੀਏ ਅੱਜ ਦਾ ਇਹ ਜੋ ਇਕੱਠ ਸਾਨੂੰ ਇਹ ਦਰਸਾਉਂਦਾ ਹੈ ਕਿ ਅਸੀਂ ਸਾਰੇ ਚਾਹੇ ਕਿਸੇ ਵੀ ਸੰਸਥਾ ਨਾਲ, ਲੇਕਿਨ ਅੱਜ ਅਸੀਂ ਇੱਕ ਮੁੱਠ ਹੋ ਕੇ ਇੱਕ ਸਟੇਜ ਦੇ ਉੱਪਰ ਪਹੁੰਚ ਕੇ ਇਹ ਇਹਨਾਂ ਨੂੰ ਦਰਸਾ ਦਿੱਤਾ ਹੈ ਕਿ ਅਸੀਂ 1984 ਦੇ ਹਾਂ। ਜੋ ਕੁਛ ਵੀ ਸਿੱਖਾਂ ਦੇ ਨਾਲ ਹੁਣ ਤੱਕ ਹੋਇਆ ਉਹ ਅਸੀਂ ਭੁੱਲੇ ਨਹੀਂ ਹਾਂ, ਔਰ ਜੋ ਇਨਸਾਫ ਹਾਲੇ ਤੱਕ ਸਿੱਖਾਂ ਨੂੰ ਨਹੀਂ ਮਿਲਿਆ ਸਾਡੀ ਕੌਮ ਦੇ ਉੱਪਰ, ਇੰਡੀਆ ਦੇ ਵਿੱਚ ਇਕੱਲਾ ਹਿੱਸੇ ਕੌਮ ਵੀ ਉਸ ਦੇ ਨਾਲ ਨਾਲ ਜਿੰਨੀ ਮਾਇਨੋਰਿਟੀਜ਼ ਉੱਥੇ ਹਨ ਉਹਨਾਂ ਦੇ ਨਾਲ ਜੋ ਜ਼ਿਆਦਤੀਆਂ ਹੋ ਰਹੀਆਂ ਨੇ ਉਹ ਇਨਸਾਫ ਅਸੀਂ ਲੈਂਦੇ ਰਹਾਂਗੇ ਔਰ ਲੈ ਕੇ ਰਹਾਂਗੇ। ਔਰ ਅੱਜ ਦਾ ਇਹ ਇਕੱਠ ਇਹ ਦੱਸਦਾ ਹੈ ਕਿ ਜਿਸ ਤਰ੍ਹਾਂ ਭਾਈ ਸਾਹਿਬ ਬਲਵੰਤ ਸਿੰਘ ਜੀ ਰਾਜੋਆਣਾ ਉਹਨਾਂ ਦੀ ਜੋ ਫਾਂਸੀ ਅੱਗੇ ਪਾਈ ਗਈ ਹੈ, ਮੈਂ ਤਾਂ ਇਹ ਕਹਾਂਗਾ ਕਿ ਅੱਜ ਇਹ ਸਾਡੀ ਜਿੱਤ ਦਾ ਇੱਕ ਪਹਿਲਾ ਸਟੈਪ ਹੈ, ਔਰ ਅਸੀਂ ਇਹੀ ਡਿਮਾਂਡ ਕਰਾਂਗੇ ਕਿ ਉਹਨਾਂ ਦੀ ਜੋ ਫਾਂਸੀ ਹੈ ਉਹ ਬਿਲਕੁਲ ਬਾਇੱਜ਼ਤ ਰੱਦ ਕੀਤੀ ਜਾਵੇ। Oh!
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੋ ਭਾਈ ਰਾਜੋਆਂ ਸੰਬੰਧ ਵਿੱਚ ਫੈਸਲਾ ਆਇਆ। ਪਰ ਉਹਦੇ ਆਪਾਂ ਜਿਹੜਾ ਨਾ ਆਪਾਂ ਨੂੰ ਕਿਹਾ ਵੀ ਆਪਾਂ ਅੱਜ ਜਿੰਨਾ ਵੀ ਟਾਈਮ ਹੈਗਾ ਨਾਮ ਸਿਮਰਨ ਨਾਲ ਜੁੜਨਾ ਹੈਗਾ, ਜਿੰਨਾ ਉਦੋਂ ਬਾਅਦ ਜਿਹੜੇ ਬੁਲਾਰੇ ਬੋਲਣਗੇ ਉਹ ਆਪਾਂ ਉਸ ਗੱਲਾਂ ਦੇ ਵੀ ਜਿਹੜੀਆਂ ਉਹਨਾਂ ਨੇ ਕਹੀਆਂ ਇਹਨਾਂ ਦਾ ਪਹਿਰਾ ਦੇਣਾ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਵੀ ਜਿੰਨਾ ਕੁ ਆਪਾਂ ਨੂੰ ਟਾਈਮ ਹੈਗਾ ਮਿਲਿਆ ਇਕੱਠੇ ਹੋ ਕੇ ਉਸ ਦੇ ਸੰਬੰਧ ਵਿੱਚ ਨਾਮ ਸਿਮਰ ਕਰਨ ਲੱਗੇ ਹਾਂ। ਸਾਰੀਆਂ ਸੰਗਤਾਂ ਨੇ ਥੋੜ੍ਹੇ ਜਿਹੇ ਮਿੰਟ ਜਿਹੜੇ ਆਪਾਂ ਉਸ ਸੰਬੰਧ ਵਿੱਚ ਜੋ ਜੋ ਵੀ ਆਪਾਂ ਨੂੰ ਹੋਇਆ ਗਿਆ ਹੁਕਮ ਹੋਇਆ ਉਹ ਆਪਾਂ ਮੰਨਣਾ ਹੈ। ਸਾਰੇ ਕਿਰਪਾ ਕਰੋ, ਨਾਮ ਸਿਮਰ ਸ਼ੁਰੂ ਹੋਣ ਲੱਗੇ ਨੇ, ਸਾਰਿਆਂ ਨੇ ਸਵਾਸ ਸਵਾਸ ਆਪਾਂ ਨਾਮ ਜਪਣ ਦੀ ਕੋਸ਼ਿਸ਼ ਕਰਨੀ ਹੈ। ਵਾਹਿਗੁਰੂ 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 ਜੀ ਕੀ ਫਤਿਹ। ਸਾਰਿਆਂ ਨਾਲੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਮੈਨੂੰ ਪਤਾ ਜਿੱਥੇ ਵੀ ਆਪਾਂ ਸਾਰੇ ਬੈਨਰਸ ਦੇਖਦੇ ਹਾਂ ਬਹੁਤ ਦੂਰੋਂ ਦੂਰੋਂ ਤੁਸੀਂ ਸਾਰੇ ਚੱਲ ਕੇ ਅੱਜ ਇੱਥੇ ਆਟਵਾ ਪਾਰਲੀਮੈਂਟ ਦੇ ਮੂਹਰੇ ਪਹੁੰਚੇ ਹੋ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਣੇ ਦੇ ਤਾਂ ਇੱਥੇ ਕੈਨੇਡਾ ਦੇ ਵਿੱਚ ਬਹੁਤ ਕਿਰਪਾ ਕਿ ਆਪਾਂ ਬਹੁਤ ਹੀ ਇੱਕ ਵਧੀਆ ਮੁਲਕ ਦੇ ਵਿੱਚ ਰਹਿੰਦੇ ਹਾਂ ਕਿ ਆਪਾਂ ਜਿੱਥੇ ਪੀਸਫੁਲੀ ਕੋਈ ਵੀ ਤੁਸੀਂ ਕਹਿ ਲਓ ਆਪਣੀ ਇਸ਼ੂ ਆ ਜਾਂ ਕੋਈ ਕੰਸਰਨ ਆ ਆਪਾਂ ਪੀਸਫੁਲੀ ਉਹਨੂੰ ਇੱਥੇ ਆ ਕੇ ਐਡਰੈਸ ਕਰ ਸਕਦੇ ਹਾਂ, ਆਪਾਂ ਸਰਕਾਰ ਨੂੰ ਦੱਸ ਸਕਦੇ ਹਾਂ ਵੀ ਅਸੀਂ ਕੀ ਚਾਹੁੰਦੇ ਹਾਂ। ਸੋ ਤੁਸੀਂ ਅੱਜ ਇੱਥੇ ਸਾਰੇ ਟਾਈਮ ਕੱਢ ਕੇ ਬਹੁਤ ਹੀ ਮੈਂ ਸਮਝਦਾ ਕਿ ਜਿਹੜਾ ਤੁਹਾਡੇ ਵਾਸਤੇ ਇਮੋਸ਼ਨਲ ਇਸ਼ੂ, ਤੁਹਾਡੇ ਵਾਸਤੇ ਨਹੀਂ ਸਾਰੀ ਸਿੱਖ ਕਮਿਊਨਿਟੀ ਵਾਸਤੇ ਬਹੁਤ ਇਮੋਸ਼ਨਲ ਇਸ਼ੂ ਬਣਿਆ ਹੋਇਆ ਜਿਹੜਾ ਅੱਜ ਦੀ ਡੇਟ ਦੇ ਵਿੱਚ। ਅਤੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਰੀਸੈਂਟਲੀ ਹਾਲਾਂਕਿ ਮੇਰੇ ਕੋਲ ਸਾਰੀ ਡਿਟੇਲਸ ਨਹੀਂ ਪਰ ਇੰਡੀਅਨ ਸਰਕਾਰ ਨੇ ਅੱਜ ਹੀ ਉਹਦੇ ਉੱਤੇ ਫੈਸਲਾ ਜ਼ਰੂਰ ਲਿਆ, ਜਿਹੜੀ ਉਹ ਐਕਸੀਕਿਊਸ਼ਨ ਹੈ ਉਹਨੂੰ ਸਟੇ ਦਿੱਤੀ ਹੈ ਜਾਂ ਉਹਨੂੰ ਪੋਸਟਪੋਨ ਕੀਤਾ ਗਿਆ, ਬਟ ਵੀ ਵਿਲ ਗੈਟ ਆਲ ਦ ਡੀਟੇਲ। ਸੋ ਮੈਂ ਤੁਹਾਡਾ ਆਪਣੇ ਵੱਲੋਂ ਵੈਲਕਮ ਕਰਦਾ। ਮੈਨੂੰ ਇਹ ਵੀ ਪਤਾ ਕਿ ਇੱਥੇ ਅੱਜ ਕੋਈ ਮੈਮੋਰੈਂਡਮ ਵਗੈਰਾ ਹੈ ਜਿਹੜਾ ਪ੍ਰੈਜੈਂਟ ਕਰਨਾ, ਆਈ ਵੁੱਡ ਬੀ ਹੈਪੀ ਟੂ ਟੇਕ ਦੈਟ, ਵੁੱਡ ਬੀ ਹੈਪੀ ਟੂ ਐਕਸੈਪਟ ਦੈਟ ਔਨ ਯੂਰ ਬਿਹਾਫ। ਸੋ ਜੇ ਹੋਰ ਮੇਰੇ ਲਈ ਕੋਈ ਵੀ ਸੇਵਾ ਹੋਵੇ ਵਗੈਰਾ, ਮੈਂ ਹਮੇਸ਼ਾ ਕਮਿਊਨਿਟੀ ਦੇ ਨਾਲ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂ। ਸੋ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਚੱਲਦਾ ਰਹਾਂਗਾ। ਸੋ ਇੱਕ ਵਾਰੀ ਫਿਰ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਵੀ ਤੁਸੀਂ ਟਾਈਮ ਕੱਢ ਕੇ, ਈਵਨ ਹਾਲਾਂਕਿ ਥੋੜ੍ਹੀ ਜਿਹੀ ਠੰਡ ਆ, ਤੁਸੀਂ ਸਾਰੇ ਇੱਥੇ ਅੱਜ ਪਹੁੰਚੇ ਆ ਪਾਰਲੀਮੈਂਟ ਦੇ ਵਿੱਚ ਵੀਕ ਡੇਜ਼ ਦੇ ਵਿੱਚ। ਸੋ ਇੱਕ ਵਾਰੀ ਫਿਰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
And they also believe it's not the right of any state to take a life of a citizen, and we support that. So I'm pleased to join you here today and bring you official greetings from the opposition, and I will turn it over to Jasbir. Wahi Guru Ji Ka Khalsa, Wahi Guru Ji Ki Fateh. Wahi Guru Ji Ka Khalsa, Wahi Guru Ji Ki Fateh. ਮੈਂ ਆਪਣੇ ਆਪ ਨੂੰ ਬੜਾ ਪ੍ਰਾਊਡ ਸਮਝਦਾ ਅੱਜ, ਕਿਉਂਕਿ ਕੱਲ ਇਸ ਹਾਊਸ ਵਿੱਚ NDP ਗਵਰਨਮੈਂਟ NDP ਆਪੋਜੀਸ਼ਨ ਸੀ ਜਿਹਨਾਂ ਨੇ ਸਟੇਟਮੈਂਟ ਦਿੱਤੀ ਆ ਭਾਈ ਰਾਜੂ ਵਾੜੇ ਬਾਰੇ। ਅਸੀਂ ਸਿਰਫ ਤੇ ਸਿਰਫ NDP ਨਹੀਂ ਇਸ ਹਾਊਸ ਵਿੱਚ ਕੱਲ ਬੋਲਿਆ ਸੀ, ਅਸੀਂ ਪਾਰਲੀਮੈਂਟ ਵਿੱਚ ਬੋਲਿਆ ਸੀ ਹਰਿਮੰਦਰ ਸਾਹਿਬ ਨੂੰ ਵੀ ਇਹ ਜਿਹੜੀ ਡੈਥ ਪੈਨਲਟੀ ਆ ਇਹ ਉਹ ਪ੍ਰੈਸ਼ਰ ਪਾ ਰਹੀ ਹੈ ਗਵਰਨਮੈਂਟ ਤੇ ਤੇ ਇਹ ਕਨਵਰਟ ਹੋਵੇ ਹੋਰ ਸੈਂਟੈਂਸ ਤੇ। ਇਸ ਨਥਿੰਗ ਵਰਸ ਦੈਨ ਬਲੱਡਸ਼ੈਡ ਔਰ ਸੀਇੰਗ ਦਾ ਪ੍ਰੋਸਪੈਕਟ ਆਫ ਅ ਲਾਈਫ ਬੀਇੰਗ ਟੇਕਨ ਐਂਡ ਆਈ ਐਮ ਸੋ ਪ੍ਰਾਊਡ ਆਫ ਦਾ ਡਿਸੀਜਨ ਮੇਡ ਟੂਡੇ ਦੈਟ ਸਟੇਡ ਦੀ ਐਗਜ਼ੀਕਿਊਸ਼ਨ ਬਟ ਰੀਅਲੀ ਦਾ ਵਰਕ ਇਜ਼ ਨਾਟ ਡਨ। ਇਟਸ ਨਾਟ ਡਨ ਅੰਟਿਲ ਦਾ ਡੈਥ ਪੈਨਲਟੀ ਇਜ਼ ਅਬੋਲਿਸ਼ਡ ਇਨ ਇੰਡੀਆ ਐਂਡ ਅਬੋਲਿਸ਼ਡ ਇਨ ਐਵਰੀ ਕੰਟਰੀ ਆਫ ਦਾ ਵਰਲਡ ਐਂਡ ਪੀਸ ਐਂਡ ਜਸਟਿਸ are brought to bear in the Punjab, in India, in Canada, and around the world. Election hon to pehla hi main tonu sare naal tade naal vaada kita siga ki jadon vi human rights di gal uthugi main tuhanu saath puri tarah daungi. Is karke jadon sanu pata laga mainu petition miliya siga meri writing de vichon oh petition acceptable nahi siga parliament vich karke format theek nahi sigi. ਉਸੀ ਵਕਤ ਮੈਂ ਚਿੱਠੀ ਰੱਖ ਦਿੱਤੀ ਸੀਗੀ ਮਿਨਿਸਟਰ ਬੈਦ ਨੂੰ ਵੀ ਹਾਪਰ ਗਵਰਨਮੈਂਟ ਪ੍ਰੈਸ਼ਰ ਕਰੇ। ਜਸਵੀਰ ਨੇ ਫਿਰ ਸਟੇਟਮੈਂਟ ਦਿੱਤਾ ਵੀ ਜਦੋਂ ਵੀ ਡੈਥ ਪੈਨਲਟੀ ਆਉਂਦੀ ਹੈ ਜਿਸ ਮੁਲਕ 'ਚ ਹੋਵੇ ਅਸੀਂ ਆਵਾਜ਼ ਜ਼ਰੂਰ ਉਠਾਵਾਂਗੇ ਕਰਕੇ ਕੈਨੇਡਾ ਦਾ, ਯੂਨਾਈਟਿਡ ਨੇਸ਼ਨਸ ਦਾ, ਐਮਨੈਸਟੀ ਇੰਟਰਨੈਸ਼ਨਲ ਦਾ ਸ਼ੁਰੂ ਤੋਂ ਹੀ ਇਸ ਪੈਰ ਤੇ ਖੜੇ ਨੇ ਵੀ ਡੈਥ ਪੈਨਲਟੀ ਨਹੀਂ ਹੋਣੀ ਚਾਹੀਦੀ ਕਿਸੇ ਵੀ ਮੁਲਕ ਦੇ ਵਿੱਚ। Good afternoon, welcome to the Hill, and I'm sorry that you are hurting. I want you to know that I believe the death penalty is the ultimate denial of human rights, as it violates the right to life as proclaimed by the Universal Declaration of Human Rights. It is the premeditated killing of a human, of a fellow human being by the state. It is cruel, degrading and inhuman punishment that is done in the name of justice. I oppose the death penalty in all cases, and I'm proud to belong to a party that has been opposed to capital punishment since 1976. I strongly believe the government of Canada should stand consistently against the death penalty as a matter of principle. And this is a motion that, both in Canada and around the world, this is a motion that was passed by Professor Erwin Kotler, a world-renowned human rights lawyer and a member of our caucus in the House a few years ago. It's a motion I strongly support. And sadly, 17 Conservative members voted against it. If the government's stance on capital punishment had been clear, there would not have been the need for that motion. And I think since 2006, when the Conservatives came to power, Canada has not been as steadfast in its traditional point of view
of being against capital punishment, either at home or abroad. Thank you. Bol bol tanvad. Wai guru ji ka khalsa. Wai guru ji ki fateh. Bhai Rajwana di jo fansi di saza hai, ਉਹ ਸਿਰਫ ਉਹਦੇ ਤੇ ਰੋਕ ਲੱਗੀ ਹੈ ਔਰ ਸਿੱਖ ਕੌਮ ਰੋਕ ਦੇ ਨਾਲ ਕੋਈ ਖੁਸ਼ੀ ਮਹਿਸੂਸ ਨਾ ਕਰੇ। ਇਹ ਸਰਕਾਰ ਦਾ ਪਿਛਲੇ ਸਮੇਂ ਤੋਂ ਜੋ ਸਿੱਖ ਕੌਮ ਆਪਣੀ ਸ਼ਕਤੀ ਔਰ ਸਟਰੈਂਥ ਵਿਖਾਉਂਦੀ ਹੈ ਉਸ ਨੂੰ ਰੋਕਣ ਦਾ ਇੱਕ ਤਰੀਕਾ ਹੁੰਦਾ ਹੈ। ਇਫ ਯੂ ਲੁੱਕ ਇਨਸਾਈਡ ਦਿਸ ਪਾਰਲੀਮੈਂਟ ਬਿਲਡਿੰਗ ਯੂ ਵਿਲ ਨੋ ਦੈਟ 60 ਇਅਰਸ ਅਗੋ we began a struggle in Canada to put an end to capital punishment. And since that time, Canada has not executed anyone, and we have continued to take the view that Canada used to be, before the Conservatives were elected, used to be a government that worked with other countries in making sure that there was no capital punishment. I look around and I see a number of signs, and you know I always get into trouble because I'm a very candid person. Canada is a federal country. We are friends of India, and I'm not going to make any bones about that with the audience that is here. But I am going to say to everyone here that we believe in fair treatment for everyone. We believe in due process for everyone, and we do not believe in a world where the state kills people. We believe in a world where people are punished for their crimes, but where people do not lose their lives as a result of those crimes. And I'm telling you, I'm not here to curry favor or to pander to any particular cause, but I am here to say that the Liberal Party remains firmly committed to human rights in Canada, to human rights around the world. We believe in an end to capital punishment in Canada, and we believe in an end to capital punishment around the world. Thank you all very much. Bless you. Keep fighting for what you believe in. Keep fighting for the causes that are important to you. And I can assure you, the Liberal Party will continue to be a party that is strong and consistent and principled. That is the Liberal Party of Canada. Sat Sri Akal. ਅੱਜ ਦਾ ਇਹ ਧਾਰਮਿਕ ਹਿੱਸਾ ਸਪਾਂਸਰ ਕੀਤਾ ਜਾ ਰਿਹਾ ਰੌਣ ਚੱਠਾ ਹੋਮ ਲਾਈਫ ਸੁਪਰਸਟਾਰ 647-204-0215 ਜੇਕੇ ਆਟੋ ਇਲੈਕਟ੍ਰਿਕ ਦੇ ਜੋਗਾ ਸਿੰਘ ਕੰਗ 416-888-4242 ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500 My name is Jack Fireman. I've been practicing personal injury law for over 40 years. For the last several years, I've worked together with Alliance and their president, Bobby Sidhu, and I think we've done very well for his clients. Accident with Sat Lagan to baad, Moats Law is Sade Office Rule Call Karo. Popular Tire, authorized dealer for Aeolus Tires. Truck ja trailer nu vadhiya saste te handan sar har tarah de brand name de tire paun layi yaad rakho Popular Tire 24 ghante 7 din on road services Popular Tire 905-672-6565 Residential, commercial ya fir koi vyapar khidna chahunde ho ta padhe likhe real estate agent da hona bahut zaruri hai।
ਕਿਸੇ ਵੀ ਤਰ੍ਹਾਂ ਦੀ ਪ੍ਰੋਪਰਟੀ ਖਰੀਦਣ ਜਾਂ ਵੇਚਣ ਲਈ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ। ਅਸੀਂ ਤੁਹਾਡਾ ਸੁਪਨਿਆਂ ਦਾ ਘਰ ਖਰੀਦਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। Father Son Team under one roof with 20 years of experience handling all law related matters, WSIB claims, Canada disability pensions, real estate closings, criminal matters like drunk driving cases, bail hearings, assault cases. Johor Law Firm, the name you can trust. Kise bhi tarah di property vechan waste ja khareedan waste ਇੱਕੋ ਹੀ ਟੀਮ ਨੂੰ ਯਾਦ ਰੱਖੋ, ਗੋਡੀ ਕੂਮਨ ਰੀਮੈਕਸ ਗੋਲਡ 905-673-8500। ਕੀ ਤੁਹਾਡੇ ਸਿਰ ਤੇ ਪਰਸਨਲ ਜਾਂ ਬਿਜ਼ਨਸ ਕਰਜ਼ੇ ਚੜੇ ਹੋਏ ਹਨ? ਤਾਂ ਘਬਰਾਓ ਨਹੀਂ, ਬਿਜ਼ਨਸ ਸੋਲੂਸ਼ਨਸ ਤੇ ਕ੍ਰੈਡਿਟ ਕਾਉਂਸਲਿੰਗ ਨੇ ਤੁਹਾਡੇ ਵਰਗੇ ਹਜ਼ਾਰਾਂ ਫਿਕਰਮੰਦ ਲੋਕਾਂ ਦੀ ਮਦਦ ਕੀਤੀ ਹੈ। ਸਾਡੀ ਸਹੀ ਸਲਾਹ ਨਾਲ ਤੁਸੀਂ ਕਰਜ਼ੇ ਤੋਂ ਛੁਟਕਾਰਾ ਪਾ ਸਕਦੇ ਹੋ। ਅਸੀਂ ਤੁਹਾਡਾ ਵੱਧ ਤੋਂ ਵੱਧ ਕਰਜ਼ਾ ਮਾਫ ਕਰਾ ਕੇ ਬਾਕੀ ਰਹਿੰਦੀ ਰਕਮ ਨੂੰ ਛੋਟੀਆਂ ਛੋਟੀਆਂ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲਦਾਂਗੇ। Toronto, Calgary, te Vancouver 1-866-790-8984 Business Solutions ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਕੀ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ ਜਾਂ ਐਗਜ਼ਿਸਟਿੰਗ ਘਰ ਨੂੰ ਰੀਫਾਈਨਾਂਸ ਕਰਕੇ ਉਸ ਵਿੱਚੋਂ ਇਕੁਇਟੀ ਕੱਢਣਾ ਚਾਹੁੰਦੇ ਹੋ, ਜਾਂ ਤੁਹਾਡੀ ਘਰ ਦੀ ਮੌਰਗੇਜ ਦਾ ਰਿਨਿਊਅਲ ਟਾਈਮ ਆ ਗਿਆ ਹੈ ਔਰ ਤੁਸੀਂ ਸ਼ੌਪ ਅਰਾਊਂਡ ਕਰ ਰਹੇ ਹੋ, ਤੁਸੀਂ ਹੇਠ ਲਿਖੇ ਨੰਬਰ 'ਤੇ ਮੈਨੂੰ ਸੁਖਵੰਤ ਠੇਠੀ ਨੂੰ ਕਾਲ ਕਰ ਸਕਦੇ ਹੋ 905-866-6666। ਸੋ ਬੁੱਧਵਾਰ ਨੂੰ ਇਹ ਰੈਲੀ ਜਿਹੜੀ ਸੀਗੀ ਕੀਤੀ ਗਈ ਜੀ ਓਟਵਾ ਦੇ ਵਿੱਚ, ਅਤੇ ਉਸ ਤੋਂ ਬਾਅਦ ਸ਼ੁੱਕਰਵਾਰ ਨੂੰ ਸਾਡੇ ਮਿਸੀਸਾਗਾ ਅਤੇ ਬ੍ਰੈਂਪਟਨ ਸਕੁਏਅਰ ਵਨ ਮਿਸੀਸਾਗਾ ਤੋਂ ਇੱਕ ਕਾਰਾਂ ਦਾ ਕਾਫਲਾ, ਇੱਕ ਕਾਰ ਰੈਲੀ ਜਿਹੜੀ ਸੀਗੀ ਉਹ ਇੱਥੋਂ ਦੇ ਯੂਥ ਵੱਲੋਂ ਕੀਤੀ ਗਈ ਔਰ ਵਿਸ਼ੇਸ਼ ਤੌਰ ਦੇ ਉੱਪਰ ਹਰਪ੍ਰੀਤ ਸਿੰਘ ਹੰਸਰਾ ਹੋਰੀ ਜਿਨ੍ਹਾਂ ਨੇ ਵੱਧ ਚੜ੍ਹ ਕੇ ਇਸ ਨੂੰ ਆਯੋਜਨ ਕਰਨ ਦੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਸੋ ਉਹ ਵੀ ਵਧਾਈ ਦੇ ਹੱਕਦਾਰ ਨੇ ਔਰ ਸਾਰੇ ਦੇ ਸਾਰੇ ਉਹਨਾਂ ਦੇ ਸਾਥੀ ਵਧਾਈ ਦੇ ਹੱਕਦਾਰ ਨੇ ਔਰ ਇਸ ਰੈਲੀ ਦੇ ਵਿੱਚ ਕੁੱਲ ਮਿਲਾ ਕੇ ਤਕਰੀਬਨ 1000 ਤੋਂ ਉੱਪਰ ਕਾਰ ਨੇ ਸ਼ਿਰਕਤ ਕੀਤਾ ਔਰ ਜਿਹੜੀਆਂ ਭਾਵਨਾਵਾਂ ਸਨ ਉਹ ਇੱਥੋਂ ਦੇ ਸਿਸਟਮ ਤੱਕ ਆਪਣੀਆਂ ਪਹੁੰਚਾਈਆਂ। ਸੋ ਹੁਣ ਸਵਾਲ ਇਹ ਉੱਠਦਾ ਕਿ ਕੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਹੋਵੇਗੀ? ਸੋ 23 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸੰਬੰਧੀ ਪੰਥਕ ਸੰਘਰਸ਼ ਦੀ ਰੂਪਰੇਖਾ ਬਿਆਨ ਕਰਦਿਆਂ ਜਥੇਦਾਰ ਗੁਰਬਚਨ ਸਿੰਘ ਜੀ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਬਿਨਾਂ ਸ਼ਰਤ ਰਿਹਾਈ ਕਰਾਉਣ ਦਾ ਪੰਥ ਨੂੰ ਆਦੇਸ਼ ਦਿੱਤਾ ਸੀ। 31 ਮਾਰਚ ਸੁੱਖੀ ਸੰਧੀ ਲੰਘ ਜਾਣ ਤੋਂ ਬਾਅਦ ਦੇਖਣ ਦੇ ਵਿੱਚ ਇਹ ਆ ਰਿਹਾ ਕਿ ਪੰਥਕ ਸੰਘਰਸ਼ ਵਿੱਚ ਉਹ ਤੇਜ਼ੀ ਨਜ਼ਰ ਨਹੀਂ ਆ ਰਹੀ ਜੋ 31 ਮਾਰਚ ਤੋਂ ਪਹਿਲਾਂ ਸੀ। ਸਗੋਂ ਕੌਮੀ ਜੋਸ਼ ਨੂੰ ਠੰਡਾ ਕਰਨ ਦੇ ਲਈ ਬਾਦਲ ਸਰਕਾਰ ਵੱਲੋਂ ਕਈ ਸਿੱਖ ਵਿਰੋਧੀ ਕਦਮ ਜਿਹੜੇ ਸਨ ਉਹ ਜ਼ਰੂਰ ਉਠਾਏ ਗਏ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ 23 ਮਾਰਚ ਦੇ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਤਹਿ ਦਿਲੋਂ ਕੰਮ ਕਰਨ ਦੀ ਜ਼ਰੂਰਤ ਹੈ, ਜਿਹਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਉਣਾ ਸ਼ਾਮਲ ਹੈ। ਸੋ ਸਿੱਖਾਂ ਨੂੰ ਵੀ ਇਹਦੇ ਲਈ ਜਥੇਦਾਰਾਂ ਨੂੰ ਲੋੜੀਂਦਾ ਦਬਾਅ ਜਿਹੜਾ ਉਹ ਬਣਾਈ ਰੱਖਣਾ ਚਾਹੀਦਾ ਹੈ। ਸੋ ਇੱਕ ਜਿਹੜਾ ਨੁਕਤਾ ਹੋਰ ਵਿਚਾਰਨ ਵਾਲਾ ਹੈ ਉਹ ਹੈ ਕਿ ਅੱਜ ਤੋਂ ਜਦੋਂ 2 ਸਾਲ ਪਹਿਲਾਂ ਡੇਰਾਵਾਦ ਖਾਸ ਕਰਕੇ ਸੰਤਵਾਦ ਦੇ ਖਿਲਾਫ ਕੁਝ ਇੱਕ ਗਰੁੱਪਾਂ ਨੇ ਖੁੱਲ੍ਹ ਕੇ ਸਿੱਖਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਹਰ ਰੋਜ਼ ਉਹਨਾਂ ਨੂੰ ਆਲੋਚਨਾ ਜਿਹੜਾ ਸੀ ਉਹਦਾ ਸਾਹਮਣਾ ਕਰਨਾ ਪੈਂਦਾ ਸੀ। ਕਈ ਵਾਰੀ ਗਾਲਾਂ ਵੀ ਖਾਣੀਆਂ ਪੈਂਦੀਆਂ ਸਨ ਕਿ ਤੁਸੀਂ ਸਿੱਖ ਵਿਰੋਧੀ ਹੋ, ਪੰਥ ਵਿਰੋਧੀ ਹੋ, ਕਈ ਤਰ੍ਹਾਂ ਦੇ ਹੋਰ ਜਿਹੜੇ ਇਹ ਲਾਂਛਣ ਜਿਹੜੇ ਸਨ ਉਹਨਾਂ 'ਤੇ ਲਾਏ ਜਾਂਦੇ ਸੀ ਅਤੇ ਉਹਨਾਂ ਸਾਧਾਂ ਦੇ ਸੰਤਾਂ ਦੇ ਸ਼ਰਧਾਲੂ ਜਿਹੜੇ ਸੀ ਉਹ ਆਪਣੀ ਭੜਾਸ ਇਹਨਾਂ 'ਤੇ ਕੱਢਦੇ ਰਹੇ ਨੇ। ਪਰ ਜਦੋਂ ਉਹਨਾਂ ਦੇ ਬਾਬਾ ਜੀ ਦੀ ਵਾਰੀ ਆਉਂਦੀ ਤਾਂ ਉਹ ਖਿਲਾਫ਼ ਹੋ ਜਾਂਦੇ। ਜਦੋਂ ਤੁਸੀਂ ਦੂਜਿਆਂ ਦੀ ਗੱਲਬਾਤ ਸੁਣਦੇ ਸੀ, ਕਿਸੇ ਹੋਰ ਬਾਬੇ ਦੀ ਗੱਲ ਸੁਣਦੇ
ਤਾਂ ਕਈ ਵਾਰੀ ਉਹਨਾਂ ਨੂੰ ਉਨਾ ਗੁੱਸਾ ਨਹੀਂ ਸੀ ਆਉਂਦਾ ਤੇ ਜਦੋਂ ਕਿਤੇ ਉਹਨਾਂ ਦੇ ਬਾਬੇ ਦੀ ਵਾਰੀ ਆ ਜਾਂਦੀ ਸੀ ਤੇ ਫਿਰ ਉਹਨਾਂ ਨੂੰ ਵੀ ਵਾਹਵਾ ਤਾ ਲੱਗਦਾ ਸੀ ਕਿ ਸਾਡੇ ਬਾਬਾ ਜੀ ਤੇ ਇਹੋ ਜਿਹੇ ਨਹੀਂ। ਸੋ ਬਾਕੀ ਗਲਤ ਹੋ ਸਕਦੇ ਪਰ ਸਾਡੇ ਇਹੋ ਜਿਹੇ ਗਲਤ ਨਹੀਂ। ਸੋ ਹੁਣ ਜਦੋਂ ਇਹੋ ਜਿਹੀ ਕੌਮ ਦੇ ਵਿੱਚ ਇੱਕ ਕਹਿ ਲਓ ਭੀੜ ਪੈਂਦੀ ਆ, ਸੋ ਸਾਰੀ ਕੌਮ ਇੱਕਜੁੱਟਤਾ ਦਾ ਸਬੂਤ ਦਿੰਦੀ ਆ। ਸੋ ਇਹਨਾਂ ਦੇ ਵਿੱਚ ਸਾਡੇ ਉਹਨਾਂ ਡੇਰੇਦਾਰਾਂ ਉਹਨਾਂ ਸਾਧਾਂ ਸੰਤਾਂ ਦੀ ਜਿਹੜੀ ਦਾ ਰੋਲ ਜਿਹੜਾ ਆ ਉਹਦਾ ਵਿਸ਼ਲੇਸ਼ਣ ਕਰਨਾ ਵੀ ਜ਼ਰੂਰ ਬਣਦਾ। ਸੋ ਅੱਜ ਤੁਹਾਡੇ ਸਾਹਮਣੇ ਨਤੀਜਾ ਹੈ ਕਿ ਕੋਈ ਵੀ ਸਾਧ, ਕੋਈ ਵੀ ਡੇਰੇ ਵਾਲਾ, ਕੋਈ ਵੀ ਉਹਨਾਂ ਦੀ ਕਮੇਟੀ, ਜਿਨ੍ਹਾਂ ਦੇ ਵਿੱਚੋਂ ਕੋਈ ਵੀ ਸੰਤ ਜਿਹੜੇ ਅੱਜ ਕੱਲ੍ਹ ਆਪਣੇ ਆਪ ਨੂੰ ਖਵਾਉਂਦੇ ਨੇ ਬਾਹਰ ਆ ਕੇ ਕਿਸੇ ਥਾਂ ਰੋਸ ਪ੍ਰਦਰਸ਼ਨ ਕਰਨ ਦੀ ਅਗਵਾਈ ਕਰਦਾ ਕੀ ਨਜ਼ਰ ਆਇਆ। ਜੇ ਆਪਾਂ ਦਾਦੂਵਾਲ ਵਾਲੇ ਬਲਜੀਤ ਸਿੰਘ ਹੋਰਾਂ ਨੂੰ ਇੱਕ ਪਾਸੇ ਰੱਖ ਲਈਏ, ਸਿਰਫ ਤੇ ਸਿਰਫ ਇੱਕ ਬੰਦਾ ਹੋਰ ਜਿਹੜਾ ਸੀ ਜਿਹਦੀ ਗਤੀਵਿਧੀ ਨਜ਼ਰ ਆਈ ਆ, ਰਣਜੀਤ ਸਿੰਘ ਢੰਡਰੀਆਂ ਵਾਲਾ, ਉਹਨਾਂ ਨੇ ਜਥੇਦਾਰਾਂ ਦੇ ਨਾਲ ਮਿਲ ਕੇ ਇੱਕ ਦੋ ਮੀਟਿੰਗਾਂ ਜ਼ਰੂਰ ਕੀਤੀਆਂ ਨੇ। ਜਸਪਾਲ ਸਿੰਘ ਹੋਰੀ ਜਿਹੜੇ ਕਿ ਪਿਛਲੇ ਦਿਨੀ ਗੋਲੀ ਦਾ ਸ਼ਿਕਾਰ ਹੋ ਕੇ ਸ਼ਹੀਦ ਹੋ ਗਏ ਸਨ, ਸੋ ਉਹਨਾਂ ਦੇ ਪਰਿਵਾਰ ਨੂੰ ਵੀ ਸੰਤ ਰਣਜੀਤ ਸਿੰਘ ਧੰਨ ਢੰਡਰੀਆਂ ਵਾਲੇ ਮਿਲਣ ਗਏ ਨੇ। ਬਾਕੀ ਸੰਤ ਕਿੱਥੇ ਨੇ? ਸੋ ਕਦੇ ਆਪਣੇ ਠੰਡੇ ਦਿਮਾਗ ਦੇ ਨਾਲ ਸੋਚਿਓ, ਕਿਉਂਕਿ ਡੇਰਾਵਾਦ ਵੀ ਨਸ਼ਿਆਂ ਵਾਂਗੂ ਇਹਨਾਂ ਏਜੰਸੀਆਂ ਨੇ ਫੈਲਾਇਆ ਹੋਇਆ। ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਦਾ, ਜਿਸ ਵੀ ਸਾਧ ਸੰਤ ਨੇ ਗੁਰੂ ਘਰ ਦੇ ਬਰਾਬਰ ਆਪਣੀ ਨਿੱਜੀ ਜਾਇਦਾਦ ਡੇਰਾ ਬਣਾਇਆ ਹੋਇਆ, ਉਹ ਬਸ ਗੁਰੂ ਦਾ ਸ਼ਰੀਕ ਹੈ, ਦਿੱਖ ਭਾਵੇਂ ਉਹਦੀ ਸਿੱਖੀ ਵਾਲੀ ਵੀ ਕਿਉਂ ਨਾ ਹੋਵੇ। ਸੋ ਅੱਜ 12,000 ਦੇ ਕਰੀਬ ਸਾਧ ਹਨ ਪੰਜਾਬ ਦੇ ਵਿੱਚ। ਸੋ ਤੁਸੀਂ ਆਪ ਅੰਦਾਜ਼ਾ ਲਾਇਓ ਕਿ ਇਹਨਾਂ ਭੋਰਿਆਂ ਦੇ ਵਿੱਚੋਂ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਕਿੰਨੇ ਕੁ ਬਾਹਰ ਨਿਕਲੇ ਨੇ। ਸੋ ਬਾਦਲ ਸਰਕਾਰ ਨੂੰ ਵੋਟਾਂ ਵੀ ਇਹਨਾਂ ਡੇਰਿਆਂ ਦੇ ਸਾਧਾਂ ਨੇ ਵੀ ਪਾਈਆਂ ਸਨ। ਅੱਜ ਹਰ ਜਗ੍ਹਾ ਸਿੱਖ ਆਪਣੇ ਤੌਰ 'ਤੇ ਲੜ ਰਿਹਾ, ਪਰ ਕਿਸੇ ਸਾਧ ਸੰਤ ਨੇ ਔਖੇ ਸਮੇਂ ਦੇ ਵਿੱਚ ਪੱਲਾ ਨਹੀਂ ਫੜਿਆ। ਫਿਰ ਦੱਸੋ ਇਹਨਾਂ ਦਾ ਹਚਾਰ ਪਾਉਣਾ? ਸੋ ਜੇਕਰ ਖਾਲਸਾ ਰਾਜ ਕਾਇਮ ਕਰਨਾ ਹੈ ਤਾਂ ਇਹਨਾਂ ਡੇਰਿਆਂ ਦਾ ਸਫਾਇਆ ਕਰਨਾ ਪੈਣਾ। ਸੋ ਸਾਡੀ ਤਾਂ ਇਹ ਬੇਨਤੀ ਹੈ ਕਿ ਸਾਡਾ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਹੈ, ਨਾ ਕਿ ਕੋਈ ਦੇਹਧਾਰੀ। ਸੋ ਜਿੰਨੀ ਦੇਰ ਤੱਕ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਿਆ ਹੋਇਆ, ਉਨੀ ਦੇਰ ਦੁਨੀਆ ਤੋਂ ਕੋਈ ਵੀ ਤਾਕਤ ਇਸ ਨੂੰ ਖਤਮ ਨਹੀਂ ਕਰ ਸਕਦੀ। ਫੈਸਲਾ ਤੁਸੀਂ ਕਰਨਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਜਾਂ ਫਿਰ ਇਹਨਾਂ ਦੇਹਧਾਰੀਆਂ ਦੇ। ਸੋ ਜਿਹੜੀ 31 ਤਰੀਕ ਜਦੋਂ ਫਾਂਸੀ ਰੱਦ ਹੋਈ ਆ, ਉਸ ਤੋਂ ਬਾਅਦ ਭੈਣ ਕੰਵਲਜੀਤ ਹੋਰਾਂ ਦੇ ਜ਼ਰੀਏ ਬਲਵੰਤ ਸਿੰਘ ਰਾਜੋਵਾਲਿਆਂ ਹੋਰਾਂ ਦਾ ਬਿਆਨ ਜਿਹੜਾ ਸੀ ਉਹ ਆਇਆ, ਉਹਨਾਂ ਦਾ ਕੌਮ ਦੇ ਨਾਂ ਸੰਦੇਸ਼ ਆਇਆ। ਆਓ ਫਿਰ ਤੁਹਾਡੇ ਨਾਲ ਉਹ ਸੰਦੇਸ਼ ਸਾਂਝਾ ਕਰਦੇ ਹਾਂ, ਉਸ ਤੋਂ ਬਾਅਦ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਸਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਖਾਲਸਾ ਜੀ, ਮੇਰਾ ਜੀਵਨ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਸੱਚ ਨੂੰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਝੂਠ, ਧੋਖਾ, ਫਰੇਬ, ਮਕਾਰੀ ਮੇਰੇ ਜੀਵਨ ਦਾ ਹਿੱਸਾ ਨਹੀਂ ਹਨ। ਖਾਲਸਾ ਜੀ, ਮੈਨੂੰ ਫਾਂਸੀ ਦੇ ਤਖ਼ਤੇ 'ਤੇ ਚੜ੍ਹਨ ਦਾ ਕੋਈ ਗਿਲਾ ਨਹੀਂ ਸੀ। ਫਾਂਸੀ 'ਤੇ ਲੱਗੀ ਰੋਕ ਦੀ ਕੋਈ ਖੁਸ਼ੀ ਨਹੀਂ ਹੈ, ਇਹ ਵਰਤਾਰਾ ਮੇਰੇ ਲਈ ਆਮ ਦੀ ਤਰ੍ਹਾਂ ਹੈ। ਖਾਲਸਾ ਜੀ, ਪਿਛਲੇ ਦਿਨੀ ਖਾਲਸਾ ਪੰਥ ਵੱਲੋਂ ਕੀਤੇ ਗਏ ਸੰਘਰਸ਼ 'ਤੇ ਮੈਂ ਇਹੀ ਕਹਾਂਗਾ ਕਿ ਇਹ ਜਿੱਤ ਹੈ ਸਮੁੱਚੇ ਖਾਲਸਾ ਪੰਥ ਦੀ, ਬਿਨਾਂ ਕਿਸੇ ਆਗੂ ਦੀ ਅਗਵਾਈ ਦੇ ਅਸਲ ਖਾਲਸਾ ਵੱਲੋਂ ਕੀਤੇ ਗਏ ਸੰਘਰਸ਼ ਦੀ। ਇਹ ਜਿੱਤ ਹੈ ਖਾਲਸੇ ਵੱਲੋਂ ਲਹਿਰਾਏ ਗਏ ਕੇਸਰੀ ਝੰਡਿਆਂ ਦੀ। ਇਹ ਜਿੱਤ ਹੈ ਮੇਰੇ ਬਜ਼ੁਰਗਾਂ ਵੱਲੋਂ, ਮੇਰੀਆਂ ਮਾਮਾ ਭੈਣਾਂ ਵੱਲੋਂ, ਮੇਰੇ ਵੀਰਾਂ ਵੱਲੋਂ,
ਬੱਚਿਆਂ ਵੱਲੋਂ ਸੜਕਾਂ ਤੇ ਨਿਕਲ ਕੇ ਕੇਸਰੀ ਨਿਸ਼ਾਨ ਹੱਥ ਵਿੱਚ ਫੜ ਕੇ ਲਗਾਏ ਗਏ ਜੈਕਾਰਿਆਂ ਦੀ, ਜਿਸ ਨੇ ਦਿੱਲੀ ਦੀਆਂ ਕੰਧਾਂ ਹਿਲਾ ਦਿੱਤੀਆਂ। ਖਾਲਸਾ ਜੀ, ਕੱਲ੍ਹ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਮੇਰੇ ਸ਼ਹੀਦ ਹੋਏ ਵੀਰਾਂ ਦਾ ਸੁਪਨਾ ਪੂਰਾ ਹੋ ਗਿਆ ਹੋਵੇ। ਹਰ ਪਾਸੇ ਝੂਲਦੇ ਕੇਸਰੀ ਨਿਸ਼ਾਨ ਜਿਵੇਂ ਖਾਲਸਾ ਰਾਜ ਦੀ ਸਥਾਪਨਾ ਦਾ ਐਲਾਨ ਕਰ ਰਹੇ ਹੋਣ। ਇਹ ਜਿੱਤ ਹੈ ਜੋਸ਼ੀਲੇ ਨੌਜਵਾਨਾਂ ਦੇ ਪੈਰਾਂ ਵਿੱਚ ਪਏ ਛਾਲਿਆਂ ਦੀ, ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਪਿੰਡ ਪਿੰਡ ਜਾ ਕੇ ਬਿਨਾਂ ਰੁਕੇ ਬਿਨਾਂ ਥੱਕੇ ਸੰਘਰਸ਼ ਵਿੱਚ ਜੋਸ਼ ਭਰ ਦਿੱਤਾ। ਖਾਲਸਾ ਜੀ, ਮੇਰਾ ਇਹ ਜੀਵਨ ਖਾਲਸਾ ਪੰਥ ਦੀ ਅਮਾਨਤ ਹੈ। ਮੇਰਾ ਹਰ ਪਲ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸੇਵਾ ਨੂੰ ਸਮਰਪਿਤ ਹੈ। ਪਰਮਾਤਮਾ ਦੀ ਰਜ਼ਾ ਜੋ ਵੀ ਹੋਈ, ਮੈਂ ਉਸਨੂੰ ਹੱਸ ਕੇ ਸਵੀਕਾਰ ਕਰਾਂਗਾ ਅਤੇ ਇਸ ਵਰਤਾਰੇ ਤੇ ਇਹ ਕਹਾਂਗਾ, ਇਹ ਹੈ ਪੰਥ ਕੀ ਜੀਤ, ਰਾਜ ਕਰੇਗਾ ਖਾਲਸਾ। ਬਲਵੰਤ ਸਿੰਘ ਰਾਜੋਆਣਾ, ਕੋਠੀ ਨੰਬਰ 16, ਕੇਂਦਰੀ ਜੇਲ੍ਹ, ਪਟਿਆਲਾ, ਪੰਜਾਬ। ਉਹਨਾਂ ਨੇ ਜੋ ਕੁਛ ਕਹਿਣਾ ਸੀ ਕਹਿ ਤਾ ਜੀ, ਕਿ ਉਹਨੂੰ ਕਿਹਾ ਕਿ ਜਿਹੜਾ ਖਾਲਸਾ ਪੰਥ ਆਮ ਬਿਨਾਂ ਕਿਸੇ ਲੀਡਰਾਂ ਦੀ ਅਗਵਾਈ ਤੋਂ ਸੜਕਾਂ ਤੇ ਆਇਆ ਉਤਰਿਆ ਆਇਆ, ਇਹ ਉਸ ਖਾਲਸਾ ਪੰਥ ਦੀ ਜਿੱਤ ਹੈ। ਪਰਿਵਾਰ ਜੋ ਖਾਲਸਾ ਪੰਥ ਨੇ ਮੇਰੇ ਵੀਰ ਨੂੰ ਇੰਨੀਆਂ ਦੁਆਵਾਂ ਦਿੱਤੀਆਂ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਉਹਨਾਂ ਦੇ ਨਾਲ ਖਾਲਸਾ ਪੰਥ ਦੇ ਨਾਲ ਖੜੇ ਹਾਂ। ਖਾਲਸਾ ਪੰਥ ਦੀ ਜਿੱਤ ਤੇ ਜ਼ਰੂਰ ਖੁਸ਼ੀ ਹੋਈ ਹੈ ਜੀ। ਹਾਂਜੀ, ਪਾਤਸ਼ਾਹ ਜਾਮੀ ਦੇ ਸਤਿਕਾਰ ਨੂੰ ਕਾਇਮ ਰੱਖਦੇ ਹੋਏ ਇਹ ਮਤਲਬ ਮੈਨੂੰ ਸੰਭਾਲ ਕਰਨ ਲਈ ਕਿਹਾ ਗਾ ਇਸਦੀ। ਹਾਂਜੀ, ਸੰਭਾਲ ਕੇ ਰੱਖਣਾ ਗਾ, ਕਿਉਂਕਿ ਵੀ ਉੱਥੇ ਘਰੇ ਜਾ ਕੇ ਵੀ ਜਿਸ ਤਰ੍ਹਾਂ ਹੁਣ ਫਾਂਸੀ ਤੇ ਸਟੇ ਹੋ ਗਈ ਆ, ਕਿਉਂਕਿ ਵੀਰ ਜੀ ਨੂੰ ਇਹ ਸੀਗਾ ਵੀ ਪਾਤਸ਼ਾਹੀ ਜਾਮਾ ਸਿੰਘ ਸਾਹਿਬ ਨੇ ਇੱਕ ਅਸੀਸ ਦੇ ਰੂਪ ਵਿੱਚ ਦਿੱਤਾ ਸੀ, ਇਹ ਆਸ਼ੀਰਵਾਦ ਦੇ ਰੂਪ ਵਿੱਚ ਮਿਲਿਆ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੇ ਪਾਤਸ਼ਾਹੀ ਜਾਮਾ ਵੀਰ ਜੀ ਨੇ ਮੈਨੂੰ ਸੰਭਾਲਣ ਲਈ ਦਿੱਤਾ ਜੀ। ਪਿਛਲੇ 20 ਸਾਲਾਂ ਤੋਂ ਤੁਹਾਡੀਆਂ ਇਮੀਗ੍ਰੇਸ਼ਨ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਨੇ ਸਰਦਾਰਾ ਸਿੰਘ ਜੀ ਚੇੜਾ, ਜਿਹੜੇ ਕਿ ਫਾਰਮਰ ਮੈਂਬਰ ਆਫ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕੈਨੇਡਾ ਰਹਿ ਚੁੱਕੇ ਹਨ। ਅਪੀਲ, ਸਪਾਂਸਰਸ਼ਿਪ, ਰਿਫਿਊਜੀ ਕਲੇਮ ਅਤੇ ਹਰ ਤਰ੍ਹਾਂ ਦੀਆਂ ਇਮੀਗ੍ਰੇਸ਼ਨ ਸੇਵਾਵਾਂ ਲਈ ਸਰਦਾਰਾ ਸਿੰਘ ਚੇੜਾ ਹੋਰਾਂ ਦੇ ਨਾਲ ਸੰਪਰਕ ਕਰੋ। 385 ਡੇਅ ਰੋਡ ਈਸਟ, ਯੂਨਿਟ ਨੰਬਰ 35, 905-4561-9885। Baydian Associates is a team of professional financial advisors that can help you with all your financial needs. With over 22 years of industry experience, they specialize in RESPs, life insurance, critical illness, health and disability insurance, mortgages and real estate. The Baydian Associates Financial Group, making a brighter future for you. Call us today for a free consultation, 905-678-2878, or visit us on the web at bafg.ca. Father-son team under one roof, with 20 years of experience, handling all law-related matters, WSIB claims, Canada disability pensions, real estate closings, criminal matters like drunk driving cases, bail hearings, assault cases, Johor Law Firm. ਕੈਨੇਡਾ ਵਿੱਚ ਰਹਿੰਦੇ ਸਿਆਣਾ ਡਾਕਟਰ ਤੇ ਚੰਗਾ ਵਕੀਲ ਹੋਣਾ ਬਹੁਤ ਜ਼ਰੂਰੀ ਹੈ। ਹਰ ਤਰ੍ਹਾਂ ਦੀਆਂ ਕਾਨੂੰਨੀ ਸੇਵਾਵਾਂ ਲਈ ਮਿਨਹਾਸ ਲਾਅ ਆਫਿਸ ਦਾ ਨਾਂ ਚੇਤੇ ਰੱਖੋ। ਫੈਂਸੀ ਡੋਰਸ ਐਂਡ ਮੋਲਡਿੰਗ ਪੇਸ਼ ਕਰਦੇ ਨੇ ਦੋਸਤੋ। ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਜ਼ਰੂਰ ਚੰਗਾ ਲੱਗਾ ਹੋਵੇਗਾ। ਤੋ ਅਗਲੀ ਜਿਹੜੀ ਪ੍ਰੋਗਰਾਮ ਦੀ ਪੇਸ਼ਕਸ਼, ਇੱਕ ਬਹੁਤ ਹੀ ਖੂਬਸੂਰਤ ਗੀਤ ਅਮਰਦੀਪ ਗਿੱਲ ਹੋਰਾਂ ਦਾ ਲਿਖਿਆ ਅਤੇ ਮੀਨੂ ਹੋਰੀ ਇੱਕ ਬਹੁਤ ਹੀ ਪਿਆਰੀ ਗਾਇਕਾ, ਜਿਹੜੀ ਪਹਿਲੀ ਵਾਰ ਉਹਨਾਂ ਦੀ ਡੈਬਿਊ ਕੈਸਟ ਜਿਹੜੀ ਹੈ ਉਹ ਰਿਲੀਜ਼ ਕੀਤੀ ਗਈ ਹੈ, ਉਹਦੇ ਵਿੱਚੋਂ ਗੀਤ ਤੁਹਾਡੇ ਲਈ ਚੁਣਿਆ ਗਿਆ।
ਸੋ ਇਸ਼ਕ ਹਕੀਕੀ ਹੋਵੇ ਜਾਂ ਫਿਰ ਇਸ਼ਕ ਮਜਾਜ਼ੀ, ਕੁਰਬਾਨੀ ਮੰਗਦਾ, ਜਜ਼ਬਾ ਮੰਗਦਾ, ਦ੍ਰਿੜਤਾ ਮੰਗਦਾ। ਆਓ ਫਿਰ ਇਹਨਾਂ ਹੀ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਇਆ ਸੁਣਦੇ ਹਾਂ ਇਹ ਗੀਤ ਕੁਝ ਇਸ ਅੰਦਾਜ਼ ਦੇ ਵਿੱਚ। ਜੀ ਹਾਂ, ਜੇ ਤੁਸੀਂ ਆਪਣੀ ਕਾਰ, ਵੈਨ, ਟਰੱਕ, ਕਿਊਬ ਵੈਨ, ਟਰੈਕਟਰ ਟ੍ਰੇਲਰ ਜਾਂ ਫਿਰ ਲੋਡ ਡੰਪ ਟਰੱਕ ਨਾਰਥ ਅਮਰੀਕਾ ਦੇ ਕਿਸੇ ਵੀ ਹਿੱਸੇ ਤੋਂ ਵਾਜਬ ਕੀਮਤਾਂ ਤੇ ਸਮੇਂ ਸਿਰ ਟੋਅ ਕਰਵਾ ਕੇ ਲਿਆਉਣਾ ਚਾਹੁੰਦੇ ਹੋ, ਐਕਸੀਡੈਂਟਲ ਜਾਂ ਫਿਰ ਡਿੱਚ ਵਿੱਚ ਡਿੱਗੇ ਟਰੱਕ ਸਿੱਧੇ ਕੀਤੇ ਜਾਂਦੇ ਹਨ, ਨਿੰਦਰ ਜਾਂ ਫਿਰ ਗੋਲਡੀ ਨਾਲ ਸੰਪਰਕ ਕਰੋ 416-518-1818। ਬੈਸਟ ਡੀਲ ਫਲੋਰਿੰਗ, ਜਿੱਥੋਂ ਤੁਸੀਂ ਕਾਰਪੈਟ, ਹਾਰਡਵੁੱਡ ਫਲੋਰ, ਟਾਈਲਾਂ ਅਤੇ ਲੈਮੀਨੇਟ ਬਹੁਤ ਸਸਤੇ ਭਾਅ ਖਰੀਦ ਸਕਦੇ ਹੋ। ਪਿਛਲੇ 21 ਸਾਲ ਤੋਂ ਰਾਜ ਜੀ ਤੁਹਾਨੂੰ ਇਹ ਸੇਵਾਵਾਂ ਦਿੰਦੇ ਆ ਰਹੇ ਹਨ। ਹੁਣ ਬੈਸਟ ਡੀਲ ਫਲੋਰਿੰਗ ਖੋਲ੍ਹ ਦਿੱਤਾ ਗਿਆ ਹੈ। ਸਕਾਰਬਰੋ ਦੇ ਵਿੱਚ 130 ਡਾਇਨਾਮਿਕ ਡਰਾਈਵ ਤੇ ਪਹੁੰਚੋ, 416-292-6248 ਤੇ ਸੰਪਰਕ ਕਰੋ। Hey up or we'll sue you.
ਕੀ ਤੁਹਾਡੇ ਸਿਰ ਤੇ ਪਰਸਨਲ ਜਾਂ ਬਿਜ਼ਨਸ ਕਰਜ਼ੇ ਚੜੇ ਹੋਏ ਹਨ? ਤਾਂ ਘਬਰਾਓ ਨਹੀਂ, ਬਿਜ਼ਨਸ ਸੋਲੂਸ਼ਨਸ ਤੇ ਕ੍ਰੈਡਿਟ ਕਾਉਂਸਲਿੰਗ ਨੇ ਤੁਹਾਡੇ ਵਰਗੇ ਹਜ਼ਾਰਾਂ ਫਿਕਰਮੰਦ ਲੋਕਾਂ ਦੀ ਮਦਦ ਕੀਤੀ ਹੈ। ਸਾਡੀ ਸਹੀ ਸਲਾਹ ਨਾਲ ਤੁਸੀਂ ਕਰਜ਼ੇ ਤੋਂ ਛੁਟਕਾਰਾ ਪਾ ਸਕਦੇ ਹੋ। ਅਸੀਂ ਤੁਹਾਡਾ ਵੱਧ ਤੋਂ ਵੱਧ ਕਰਜ਼ਾ ਮਾਫ ਕਰਾ ਕੇ ਬਾਕੀ ਰਹਿੰਦੀ ਰਕਮ ਨੂੰ ਛੋਟੀਆਂ ਛੋਟੀਆਂ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲਦਾ। ਟੋਰਾਂਟੋ, ਕੈਲਗਰੀ ਤੇ ਵੈਨਕੂਵਰ 1-866-790-8984 ਬਿਜ਼ਨਸ ਸੋਲੂਸ਼ਨਸ, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਕੈਨੇਡਾ ਵਿੱਚ ਰਹਿੰਦੇ ਸਿਆਣਾ ਡਾਕਟਰ ਤੇ ਚੰਗਾ ਵਕੀਲ ਹੋਣਾ ਬਹੁਤ ਜ਼ਰੂਰੀ ਹੈ। ਹਰ ਤਰ੍ਹਾਂ ਦੀਆਂ ਕਾਨੂੰਨੀ ਸੇਵਾਵਾਂ ਲਈ ਮਿਨਹਾਸ ਲਾਅ ਆਫਿਸ ਦਾ ਨਾਮ ਚੇਤੇ ਰੱਖੋ। ਫॉर ऑल योर ਰੀਅਲ ਏਸਟੇਟ ਐਂਡ ਇਮੀਗ੍ਰੇਸ਼ਨ ਦੀ ਮਿਨਹਾਸ ਲਾਅਰਸ। ਵੱਜਦਾ ਤੁੰ ਬਟੋਲ ਸਾਜ ਮਿੱਤਰੋ, ਇਹੋ ਰੰਗਲੇ ਪੰਜਾਬ ਦਾ। ਫੈਂਸੀ ਡੋਰਸ ਐਂਡ ਮੋਲਡਿੰਗ ਪੇਸ਼ ਕਰਦੇ ਨੇ ਇਹੋ ਰੰਗਲੇ ਪੰਜਾਬ ਦਾ। ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣ ਵਾਸਤੇ ਜਾਂ ਖਰੀਦਣ ਵਾਸਤੇ ਇੱਕੋ ਹੀ ਟੀਮ ਨੂੰ ਯਾਦ ਰੱਖੋ, ਗੋਡੀ ਕੁਮਨ ਰੀਮੈਕਸ ਗੋਲਡ 9056738500। ਸਤਿ ਸ਼੍ਰੀ ਅਕਾਲ। ਪਿਛਲੇ ਸਮੇਂ ਦੌਰਾਨ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਅਸੀਂ ਬਹੁਤ ਸਾਰੇ ਨਾਟਕ ਪੇਸ਼ ਕੀਤੇ, ਜਿਨ੍ਹਾਂ ਵਿੱਚ ਧੁੱਖ ਦੇ ਕਲੀਰੇ, ਰਾਹ ਚਾਨਣੀ ਅਤੇ ਮੀ ਐਂਡ ਮਾਈ ਸਟੋਰੀ ਵਰਣਨਯੋਗ ਹਨ। ਇਹਨਾਂ ਨੂੰ ਤੁਸੀਂ ਬਹੁਤ ਹੀ ਭਰਮਾ ਹੁੰਗਾਰਾ ਦਿੱਤਾ। ਇਸ ਵਾਰ ਫਿਰ ਅਸੀਂ ਇੱਕ ਬਿਲਕੁਲ ਨਵਾਂ ਨਾਟਕ, ਇੱਕ ਰੁੱਖ ਦੋ ਪਰਿੰਦੇ, ਜੋ ਕਿ ਸਰਬਜੀਤ ਅਰੋੜਾ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਹੋਇਆ, ਤੁਹਾਡੀ ਕਚਹਿਰੀ ਵਿੱਚ ਲੈ ਕੇ ਪੇਸ਼ ਹੋਣ ਜਾ ਰਹੇ ਹਾਂ। ਇਹ ਨਾਟਕ ਜੋ ਫੈਮਿਲੀ 70 ਤੋਂ 80 ਦੇ ਦਰਮਿਆਨ ਇੱਥੇ ਆਏ ਅਤੇ ਰਿਟਾਇਰ ਹੋ ਚੁੱਕੇ ਹਨ ਜਾਂ ਹੋਣ ਜਾ ਰਹੇ ਹਨ, ਉਹਨਾਂ ਦੀਆਂ ਸਮੱਸਿਆਵਾਂ 'ਤੇ ਆਧਾਰਿਤ ਹੈ। ਇਹ ਨਾਟਕ 7 ਅਪ੍ਰੈਲ ਸ਼ਨਿਚਰਵਾਰ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿੱਚ ਸ਼ਾਮ ਨੂੰ ਠੀਕ 6 ਵਜੇ ਪੇਸ਼ ਕੀਤਾ ਜਾਵੇਗਾ। ਉਮੀਦ ਕਰਦੇ ਹਾਂ ਕਿ ਤੁਸੀਂ ਪਹਿਲਾਂ ਦੀ ਤਰ੍ਹਾਂ ਹੀ ਭਰਮਾ ਹੁੰਗਾਰਾ ਦਿਓਗੇ। ਧੰਨਵਾਦ। ਰੰਗਲਾ ਪੰਜਾਬ ਜੀਆਂ, ਇਹ ਕੈਸੇਟ ਪਿਛਲੇ ਦਿਨਾਂ ਤੋਂ ਰਿਲੀਜ਼ ਕੀਤੀ ਗਈ ਹੈ ਔਰ ਬਹੁਤ ਤੁਹਾਡੇ ਵੱਲੋਂ ਪਿਆਰ ਦਿੱਤਾ ਜਾ ਰਿਹਾ ਔਰ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਗੀਤ ਤੁਹਾਡੇ ਨਾਲ ਸਾਂਝੇ ਕੀਤੇ ਨੇ, ਸੋ ਜਿਨ੍ਹਾਂ ਨੂੰ ਬਹੁਤ ਤੁਹਾਡੇ ਵੱਲੋਂ ਪਸੰਦ ਕੀਤਾ ਗਿਆ। ਉਪਿੰਦਰ ਮਠਾੜੂ ਹੋਰੀ ਜਿਹੜੇ ਕਿ ਐਡਮਿੰਟਨ ਤੋਂ ਫੈਂਸੀ ਡੋਰਸ ਦੇ ਮਾਲਕ ਨੇ, ਸੋ ਉਹਨਾਂ ਵੱਲੋਂ ਇਹ ਕੈਸੇਟ ਪੰਜਾਬ ਦੇ ਵਿੱਚ ਅਤੇ ਬਾਕੀ ਦੁਨੀਆਂ ਦੇ ਹਿੱਸਿਆਂ ਦੇ ਵਿੱਚ ਰਿਲੀਜ਼ ਕੀਤੀ ਗਈ ਹੈ। ਰਵਿੰਦਰ ਰੰਗੂਵਾਲ ਹੋਰਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਇਹਦੀਆਂ ਵੀਡੀਓ ਤਿਆਰ ਕੀਤੀਆਂ ਨੇ ਔਰ ਮਠਾੜੂ ਸਾਹਿਬ ਦੀ ਆਵਾਜ਼ ਦੇ ਵਿੱਚ ਅੱਜ ਇੱਕ ਹੋਰ ਗੀਤ ਤੁਹਾਡੇ ਲਈ ਸਾਂਝਾ ਕਰਨ ਜਾ ਰਹੇ ਹਾਂ। ਉਮੀਦ ਹੈ ਕਿ ਤੁਸੀਂ ਇਸ ਨੂੰ ਜ਼ਰੂਰ ਪਸੰਦ ਕਰੋਗੇ। ਵਿੱਚ ਸੁਧਾਰੀ ਸਫ਼ਰ ਪਹਿਲੇ ਨਾਲੋਂ ਹੋ ਗਿਆ ਮਹਿੰਗਾ ਨੀ, ਆਮਦਨ ਪਹਿਲਾਂ ਵਾਲੀ ਹੁਣਾ ਜੁੜਨਾ ਲਹਿੰਗਾ ਨੀ, ਕਿੱਦਾਂ ਦੇ ਦਿਨ ਆਉਣੇ ਕੱਟਣਾ ਪੈਣਾ ਬਾਗਾ ਨੀ, ਹੁਣ ਟੋਲ ਪਲਾਜ਼ਾ ਹਾਏ ਹਾਏ ਟੋਲ ਪਲਾਜ਼ਾ, ਹੁਣ ਟੋਲ ਪਲਾਜ਼ਾ ਵਾਲੇ ਲਾਈ ਰੱਖਦੇ ਨਾਕਾ ਨੀ, ਹੁਣ ਟੋਲ ਪਲਾਜ਼ਾ ਵਾਲੇ ਲਾਈ ਜੋੜੇ ਵਾਲੇ ਨੀ, ਗਲੀਆਂ ਨੇ ਕੁਝ
ਅੱਜ ਤੰਗ ਤੇਰਾ ਵਿੱਚ ਪੁੱਟੇ ਖਾਲੇ ਨੇ ਸਦਾ ਗਰੀਬਾਂ ਦੇ ਹੱਕਾਂ ਤੇ ਵੱਜਦਾ ਡਾਕਾ ਨੀ ਹੁਣ ਟੋਲ ਪਲਾਜ਼ਾ ਸੋਹਣੀਏ ਟੋਲ ਪਲਾਜ਼ਾ ਹੁਣ ਟੋਲ ਪਲਾਜ਼ਾ ਵਾਲੇ ਲਾਈ ਰੱਖਦੇ ਨਾਕਾ ਨੀ ਹੁਣ ਟੋਲ ਪਲਾਜ਼ਾ ਵਾਲੇ ਲਾਈ ਰੱਖਦੇ ਨਾਕਾ ਨੀ ਹੁਣ ਟੋਲ ਪਲਾਜ਼ਾ ਵਾਲੇ ਲਾਈ ਰੱਖਦੇ ਨਾਕਾ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਖਰੀਦਣੀ ਜਾਂ ਵੇਚਣੀ ਚਾਹੁੰਦੇ ਹੋ ਤਾਂ ਤਜਰਬੇਕਾਰ ਗੁਰਵੀਰ ਗਰੇਵਾਲ ਹੋਰਾਂ ਨਾਲ ਸੰਪਰਕ ਕਰੋ। ਕਿਸੇ ਵੀ ਕਿਸਮ ਦੀ ਜਾਣਕਾਰੀ ਲਈ 416-822-4580 ਤੇ ਸੰਪਰਕ ਕਰੋ ਗੁਰਵੀਰ ਗਰੇਵਾਲ। ਰੱਬ ਨਾ ਕਰੇ ਕਿ ਤੁਹਾਡਾ ਐਕਸੀਡੈਂਟ ਹੋ ਜਾਵੇ ਜਾਂ ਫਿਰ ਤੁਸੀਂ ਤਿਲਕ ਕੇ ਡਿੱਗ ਪਿਓ ਜਾਂ ਫਿਰ ਹੋਰ ਕਿਸੇ ਢੰਗ ਨਾਲ ਸੱਟ ਫੇਟ ਲੱਗ ਗਈ ਹੈ। ਘਰ ਦੀਆਂ ਕਿਸ਼ਤਾਂ ਕਈ ਵਾਰੀ ਤੋਰਨੀਆਂ ਔਖੀਆਂ ਲੱਗਦੀਆਂ ਹਨ। ਇੰਸ਼ੋਰੈਂਸ ਤੋਂ ਵੱਧ ਪੈਸੇ ਲੈਣ ਲਈ ਬੌਬੀ ਟੁੱਟ ਨਾਲ ਸੰਪਰਕ ਕਰੋ 905-677-7246। Villa Appliances Limited. Quality appliances for the lowest price. Villa Appliances ਵੱਲੋਂ brand name latest technology appliances ਤੇ ਲਗਾਈ warehouse sale ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ। ਇਸ lowest price sale ਦਾ ਫਾਇਦਾ ਉਠਾਉਣ ਲਈ ਤੁਸੀਂ ਦੋਨਾਂ ਵਿੱਚੋਂ ਇੱਕ location 404 Steel ਦੇ ਨੇੜੇ Markham ਜਾਂ Toronto ਵਿਖੇ ਅੱਜ ਹੀ ਪਹੁੰਚੋ। ਆਪਣੇ ਮਿਹਨਤ ਨਾਲ ਕਮਾਏ ਡਾਲਰਾਂ ਦੀ ਸੇਵਿੰਗ ਵਾਸਤੇ Villa Appliances ਵੱਲੋਂ ਨਵੇਂ ਘਰਾਂ ਦੀ ਐਡਵਾਂਸ ਬੁਕਿੰਗ ਕਰਵਾਉਣ ਤੇ ਬਹੁਤ ਸਾਰਾ ਡਿਸਕਾਊਂਟ ਪ੍ਰਾਪਤ ਕਰ ਸਕਦੇ ਹੋ। For weekly flyer visit villaappliances.com। ਕਮਿਊਨਿਟੀ ਦੇ ਜਾਣੇ ਪਹਿਚਾਣੇ ਪੈਮ ਪੰਗਲ ਲਾ ਆਫਿਸ। ਹਰ ਤਰ੍ਹਾਂ ਦਾ ਫੈਮਿਲੀ ਲਾ, ਡਾਈਵੋਰਸ ਮੈਟਰਸ, ਅਡਾਪਸ਼ਨਸ, ਕਸਟਡੀ ਅਤੇ ਚਾਈਲਡ ਸਪੋਰਟ ਦੀਆਂ ਸੇਵਾਵਾਂ ਲਈ ਕਾਲ ਪੈਮ ਪੰਗਲ। ਇਸ ਦੇ ਨਾਲ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ ਦੇ ਕੇਸਿਸ, ਰਿਫਿਊਜੀ ਕੇਸਿਸ, ਸਪੌਂਸਰਸ਼ਿਪ ਅਤੇ ਵੀਜ਼ਾ ਐਪਲੀਕੇਸ਼ਨ ਅਤੇ ਹਰ ਤਰ੍ਹਾਂ ਦੀ ਰੀਅਲ ਸਟੇਟ ਕਲੋਜ਼ਿੰਗ ਵਾਸਤੇ ਅੱਜ ਹੀ ਕਾਲ ਕਰੋ ਪੈਮ ਪੰਗਲ ਲਾ ਆਫਿਸ 905-799-1004 905-799-1004। ਹੋਟਲ, ਮੋਟਰ, ਰੈਜ਼ੀਡੈਂਸ਼ੀਅਲ ਜਾਂ ਫਿਰ ਹੋਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਲਈ ਹੈਮਿਲਟਨ ਅਤੇ ਸਟੋਨੀ ਕ੍ਰੀਕ ਵਿੱਚ ਪਰਖਿਆ ਹੋਇਆ ਨਾਂ ਅਮਨਦੀਪ ਅਮਨਦੀਪ ਨਾਲ ਸੰਪਰਕ ਕਰੋ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਜਾਂ ਵੇਚਣ ਵਾਸਤੇ ਮੈਨੂੰ ਸੰਪਰਕ ਕਰੋ ਜੀ 905-912-0292। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਿਰ ਕੋਈ ਵਪਾਰ ਖਰੀਦਣਾ ਚਾਹੁੰਦੇ ਹੋ ਤਾਂ ਪੜ੍ਹੇ ਲਿਖੇ ਰੀਅਲ ਸਟੇਟ ਏਜੰਟ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਲਈ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ। ਅਸੀਂ ਤੁਹਾਡਾ ਸੁਪਨਿਆਂ ਦਾ ਘਰ ਖਰੀਦਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। ਇਮੀਗ੍ਰੇਸ਼ਨ ਲਾ, ਰੀਅਲ ਸਟੇਟ, ਐਕਸੀਡੈਂਟ ਕਲੇਮ ਜਾਂ ਕਿਸੇ ਹੋਰ ਕਾਨੂੰਨੀ ਉਲਝਣ ਲਈ ਇੱਕੋ ਇੱਕ ਨਾਂ ਜੋਸ਼ੀ ਲਾ ਆਫਿਸ 416-213-8600। ਨਿਊ ਮਿਲੇਨੀਅਮ ਟਾਇਰ ਸੈਂਟਰ ਆਪਣੀਆਂ ਕਾਰਾਂ, ਵੈਨਾਂ, ਟਰੱਕਾਂ ਦੇ ਟਾਇਰ ਪਾਉਣ ਵਾਸਤੇ, ਅਲਾਈਨਮੈਂਟ ਕਰਾਉਣ ਵਾਸਤੇ ਇੱਥੇ ਪਹੁੰਚੋ।
ਕਾਰਾਂ ਦੀ ਹਰ ਤਰ੍ਹਾਂ ਦੀ ਮੁਰੰਮਤ ਕੀਤੀ ਜਾਂਦੀ ਹੈ। ਸਾਰੇ ਕੈਨੇਡਾ ਦੇ ਵਿੱਚ ਹੁਣ ਤੁਹਾਨੂੰ 6 ਲੋਕੇਸ਼ਨਾਂ ਸਰਵ ਕਰਦਾ ਹੈ ਨਿਊ ਮਿਨੀ ਟਾਇਰ ਸੈਂਟਰ। ਹੁਣ ਟਰੱਕਾਂ ਤੇ ਕਾਰਾਂ ਜਿੱਥੇ ਟਾਇਰ ਤੇ ਨਾਲ ਨਾਲ ਰਿਪੇਅਰ ਵੀ ਕਰਾ ਸਕਦੇ ਹੋ। 905-452-0111 ਆਟੋਬਾਨ ਫਰੇਟ ਲਾਈਨ, ਪੰਜਾਬੀ ਕਮਿਊਨਿਟੀ ਵਿੱਚ ਜਾਣਿਆ ਪਛਾਣਿਆ ਨਾਮ। ਇਹਨਾਂ ਨੂੰ ਹਾਈਵੇ ਤੇ ਸਿਟੀ ਵਾਸਤੇ ਕੰਮ ਕਰਨ ਵਾਸਤੇ ਹਮੇਸ਼ਾ ਡਰਾਈਵਰਾਂ ਦੀ ਲੋੜ ਰਹਿੰਦੀ ਹੈ। ਇਹਨਾਂ ਦੀ GN ਟਰੱਕ ਸੇਲਸ ਤੋਂ ਨਵਿਆਂ ਵਰਗਾ ਪੁਰਾਣਾ ਟਰੱਕ ਖਰੀਦੋ ਤੇ ਤੁਰੰਤ ਇਹਨਾਂ ਕੋਲ ਹੀ ਨੌਕਰੀ ਪ੍ਰਾਪਤ ਕਰ ਸਕਦੇ ਹੋ। ਕਿਸੇ ਕਿਸਮ ਦੀ ਜਾਣਕਾਰੀ ਲਈ ਹਰਵਿੰਦਰ ਬਾਸੀ ਜਾਂ ਫਿਰ ਸੁੱਖਾ ਬਾਸੀ ਨਾਲ ਸੰਪਰਕ ਕਰੋ। 416-740-5454 ਆਟੋਬਾਨ ਐਂਡ GN ਟਰੱਕ ਸੇਲ। ਪ੍ਰੋਗਰਾਮ ਦੇ ਵਿੱਚ ਕਰਫਿਨ ਦਾ ਸਵਾਗਤ ਔਰ ਮੇਰੇ ਨਾਲ ਗੁਰਮਿੰਦਰ ਮਦੋਕੇ ਨੇ ਔਰ ਜਦੋਂ ਜਿੱਦਾਂ ਧੁੱਪ ਜਿਹੜੀ ਆ ਉਹ ਨਿਕਲਦੀ ਆ ਰਹੀ ਹੈ ਅਤੇ ਮੇਲਿਆਂ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਗਿਆ ਔਰ ਇਸੇ ਹੀ ਵੀਕਐਂਡ ਦੇ ਉੱਪਰ ਜਿਵੇਂ ਅਸੀਂ ਪਿਛਲੇ ਹਫ਼ਤਿਆਂ ਦੇ ਵਿੱਚ ਵੀ ਦੱਸਦੇ ਹਾਂ ਕਿ 7 ਤਰੀਕ ਨੂੰ ਤਾਂ ਬਲਜਿੰਦਰ ਲੇਲਣਾ ਹੋ ਰਹੀ ਰੋਜ਼ ਥੀਏਟਰ ਦੇ ਵਿੱਚ ਇੱਕ ਬਹੁਤ ਹੀ ਵਧੀਆ ਨਾਟਕ ਕਰਵਾ ਰਹੇ ਨੇ। ਸੋ ਫੁੱਲ ਲੈਂਥ ਇਹ ਨਾਟਕ ਹੋਵੇਗਾ, ਇੱਕ ਰੁੱਖ ਦੋ ਪਰਿੰਦੇ। ਸੋ ਤੁਸੀਂ ਇਸ ਨਾਟਕ ਦੇ ਵਿੱਚ ਇਹਨੂੰ ਦੇਖਣ ਵਾਸਤੇ ਜ਼ਰੂਰ ਪਹੁੰਚਿਓ। ਅਤੇ ਹੁਣ ਜਦੋਂ ਕੱਲ੍ਹ ਨੂੰ ਐਤਵਾਰ ਆ ਅਤੇ ਐਤਵਾਰ ਦੋ ਪ੍ਰੋਗਰਾਮ ਨੇ। ਸੋ ਇੱਕ ਪ੍ਰੋਗਰਾਮ ਜਿਹੜਾ ਉਹ 12 ਵਜੇ ਤੋਂ ਲੈ ਕੇ ਅਤੇ 7 ਵਜੇ ਤੱਕ ਚੱਲਣਾ। ਉਸ ਸੰਬੰਧ ਦੇ ਵਿੱਚ ਗੁਰਮਿੰਦਰ ਹੋਰੀ ਮੇਰੇ ਨਾਲ ਨੇ, ਬਲਵੀਰ ਨੱਥ ਹੋਰੀ ਵੀ ਸਟੂਡੀਓ ਦੇ ਵਿੱਚ ਨੇ, ਉਹਨਾਂ ਦੇ ਨਾਲ ਵੀ ਨਿੱਕੀ ਜਿਹੀ ਗੱਲਬਾਤ ਜ਼ਰੂਰ ਕਰਾਂਗੇ। ਔਰ ਉਸ ਤੋਂ ਇਲਾਵਾ 7 ਵਜੇ ਤੋਂ ਲੈ ਕੇ ਅਤੇ ਬਾਅਦ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਗੁਲਾਮ ਜੁਗਨੀ ਹੋਰਾਂ ਦਾ ਸ਼ੋਅ ਹੋਣ ਜਾ ਰਿਹਾ। ਗੁਰਮਿੰਦਰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਰਣ ਜੀ, ਸਰਦਾਰੀ TV ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸੋ ਮੇਲਿਆਂ ਦਾ ਸੀਜ਼ਨ ਸ਼ੁਰੂ ਹੋ ਗਿਆ, ਕਿਹੋ ਜਿਹਾ ਮਹਿਸੂਸ ਕਰ ਰਹੇ ਹੋ? ਮੇਲਿਆਂ ਦਾ ਚਾਅ ਤਾਂ ਸਾਰਿਆਂ ਨੂੰ ਹੁੰਦਾ, ਖਾਸ ਕਰਕੇ ਕਲਾਕਾਰਾਂ ਨੂੰ, ਕਿਉਂਕਿ ਸਰੋਤਿਆਂ ਨੂੰ ਮਿਲਣ ਦਾ ਮੌਕਾ ਮਿਲਦਾ ਪਰਫੋਰਮੈਂਸ ਕਰਨ ਦਾ। ਸੋ ਕਿਉਂਕਿ ਜੋ ਕਲਾ ਤੁਸੀਂ ਪ੍ਰੈਕਟਿਸ ਕਰਦੇ ਹੋ ਫਿਰ ਲੋਕਾਂ ਸਾਹਮਣੇ ਪ੍ਰਵਾਨ ਹੋ ਤਾਂ ਤਾਂ ਹੀ ਪੂਰੀ ਨਿਕਲੂ। ਸੋ ਜਿਹੜਾ ਇਸ ਮੇਲੇ ਬਾਰੇ ਥੋੜ੍ਹੀ ਜਾਣਕਾਰੀ ਦਿਓਗੇ, ਜਿਹੜਾ 12 ਵਜੇ ਤੋਂ ਲੈ ਕੇ ਅਤੇ 7 ਵਜੇ ਤੱਕ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੋ ਰਿਹਾ? ਹਾਂਜੀ, ਇਹ ਮੇਲਾ ਵਿਸਾਖੀ ਦੇ ਫੈਸਟੀਵਲ ਦੇ ਸੰਬੰਧਿਤ ਚ ਆ। ਖੋਸਾ ਸਾਹਿਬ ਹੁਣੀ ਕਰਵਾ ਰਹੇ ਆ ਬਲਵੀਰ ਨੱਤ ਜੀ ਅਤੇ ਸਾਰੇ ਕਲਾਕਾਰ ਇਹਦੇ 'ਚ, ਗਿੱਲ ਹਰਦੀਪ ਜੀ, ਹੈਰੀ ਸੰਧੂ ਸਾਹਿਬ, ਮੈਂ ਵੀ ਪਰਫੋਰਮ ਕਰਾਂਗਾ, ਬੁੱਕਣ ਜੱਟ ਅਤੇ ਇੱਕ ਮੁੰਡਾ ਐਡਮਿੰਟਨ ਤੋਂ, ਉਹਦਾ ਨਾਮ ਨਹੀਂ ਹੈ ਮੈਨੂੰ ਯਾਦ, ਯੂਥ 'ਚੋਂ, ਅਤੇ ਉਹ ਵੀ ਪਰਫੋਰਮ ਕਰੇਗਾ। ਅਤੇ ਸੋ ਕੋਸ਼ਿਸ਼ ਆ ਸਾਰਿਆਂ ਦੀ ਕਿ ਇਹ ਮੇਲਾ ਬਹੁਤ ਜ਼ਿਆਦਾ ਵਧੀਆ ਹੋਵੇ। ਜੀ ਬਿਲਕੁਲ ਜੀ, ਔਰ ਪਿਛਲੇ ਸਾਲਾਂ ਦੇ ਵਿੱਚ ਵੀ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੀ ਮੇਲਾ ਜਿਹੜਾ ਇਹ ਲੱਗਦਾ ਰਿਹਾ ਔਰ 7 ਵਜੇ ਤੱਕ ਇਹ ਮੇਲਾ ਹੋਣਾ। ਉਸ ਤੋਂ ਬਾਅਦ ਉੱਥੇ ਹੀ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਹੀ ਸ਼ਾਮ ਨੂੰ ਗੁਲਾਮ ਜੁਗਨੀ ਹੋਰਾਂ ਦਾ ਜਿਹੜਾ ਇੱਕ ਬਹੁਤ ਹੀ ਵਧੀਆ ਸ਼ੋਅ, ਜਿਹੜੇ ਕਿ ਕੈਨੇਡਾ ਦੇ ਬਾਕੀ ਭਾਗਾਂ ਦੇ ਵਿੱਚ ਇਹ ਸ਼ੋਅ ਹੋ ਚੁੱਕੇ ਨੇ ਔਰ ਇਹ ਕੱਲ੍ਹ ਨੂੰ ਸ਼ੋਅ ਜਿਹੜਾ ਆ ਉਹ ਇੱਥੇ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਗੁਲਾਮ ਜੁਗਨੀ ਹੋਰਾਂ ਦਾ ਸ਼ੋਅ ਵੀ ਹੋਣਾ। ਥੋੜ੍ਹੀ ਜਿਹੀ ਬਹੁਤੇ ਬੋਲ ਆਪਣੇ ਗੀਤ ਦੇ ਸਾਂਝੇ ਕਰਨੇ ਚਾਹੋਗੇ ਜਿਹੜਾ ਤੁਸੀਂ ਇਸ ਮੇਲੇ ਦੇ ਵਿੱਚ ਪਰਫੋਰਮ ਕਰਨ ਜਾ ਰਹੇ ਹੋ? ਹਾਂਜੀ ਜ਼ਰੂਰ। ਰਾਣਾ ਜੀ, ਵੈਸੇ ਮੇਰੀ ਐਲਬਮ ਜੁਲਾਈ ਦੇ ਵਿੱਚ ਰਿਲੀਜ਼ ਹੋ ਰਹੀ ਹੈ ਨੈਕਸਟ, ਉਹਦੇ ਵਿੱਚੋਂ ਖਾਸ ਗੀਤ ਇੱਕ ਬੋਤਲਾਂ 'ਤੇ ਅਸੀਂ ਲਿਖਿਆ, ਜਿਹੜਾ ਅਜੇ ਤੱਕ ਪੰਜਾਬੀ ਹਿੰਦੀ 'ਚ ਕਿਸੇ ਨੇ ਨਹੀਂ ਲਿਖਿਆ। ਬੋਤਲਾਂ ਸਾਡੀ ਲਾਈਫ ਦੇ ਨਾਲ ਬਚਪਨ ਤੋਂ ਲੈ ਕੇ ਐਂਡ ਤੱਕ ਕਿੱਦਾਂ ਰਿਲੇਟਡ ਆ, ਉਹ ਗੀਤ ਹੈ ਪਾਰਟੀ ਸੌਂਗ, ਇੱਦਾਂ ਫਾਸਟ ਟੈਂਪੋ ਦੇ ਉੱਤੇ। ਬੋਤਲਾਂ ਇਹ ਬੋਤਲਾਂ, ਬੋਤਲਾਂ ਇਹ ਬੋਤਲਾਂ, ਬੋਤਲਾਂ ਇਹ ਬੋਤਲਾਂ, ਬੋਤਲਾਂ ਇਹ ਬੋਤਲਾਂ, ਇਹ ਬੋਤਲਾਂ ਸਮੇਂ ਸਮੇਂ ਤੇ ਬੰਦੇ ਦੇ ਨਾਲ ਰਹਿਣ, ਕਦੇ ਖੁਸ਼ੀ ਤੇ ਕਦੇ ਪਾਰਟੀ, ਇਹਦੀਆਂ ਲੋੜਾਂ ਪੈਣ। ਬੋਤਲਾਂ ਹਰ ਬੋਤਲਾਂ, ਹਰ ਬੋਤਲਾਂ ਇਹ ਬੋਤਲਾਂ, ਬੋਤਲਾਂ ਇਹ ਬੋਤਲਾਂ। ਹੋ ਮਾਂ ਦੀ ਗੋਦੀ ਦੇ ਵਿੱਚ ਬੱਚਾ ਜਦ ਕਲਕਾਰੀ ਮਾਰੇ, ਦੁੱਧ ਦੀ ਬੋਤਲ ਦੇ ਕੇ ਮਾਤਾ ਕੰਮ ਮੁਕਾਵੇ ਸਾਰੇ, ਸਭ ਜਾਣਦੇ ਬੋਤਲ ਵਾਜੋਂ ਹੁੰਦੇ ਨਹੀਂ ਗੁਜ਼ਾਰੇ। ਬੋਤਲਾਂ ਹਰ ਬੋਤਲਾਂ, ਹਰ ਬੋਤਲਾਂ, ਬੋਤਲਾਂ ਇਹ ਬੋਤਲਾਂ, ਬੋਤਲਾਂ ਇਹ ਬੋਤਲਾਂ। ਵਾਹ ਜੀ ਵਾਹ, ਬਹੁਤ ਵਧੀਆ, ਬਹੁਤ ਵਧੀਆ। ਥੈਂਕ ਯੂ ਵੈਰੀ ਮੱਚ ਸਰਦਾਰੀ TV ਦੇ ਪ੍ਰੋਗਰਾਮ ਲਈ, ਤੁਹਾਡਾ ਰਾਣਾ ਜੀ ਬਹੁਤ ਬਹੁਤ ਦੋਸਤ, ਮਿਹਰਬਾਨੀ ਜੀ, ਮਿਹਰਬਾਨੀ। ਥੈਂਕ ਯੂ। ਸੋ ਕਿਸੇ ਵੀ ਜਾਣਕਾਰੀ ਦੇ ਮੁਥੌਜ ਨਹੀਂ ਜੇ
ਇੰਦਰ ਰਾਏਕੋਟੀ ਜੀ, ਸੋ ਜਿਹੜੇ ਕਿ ਬਹੁਤ ਵਧੀਆ ਗੀਤਕਾਰ ਨੇ ਔਰ ਟੌਰ ਪੰਜਾਬ ਦੀ ਤੁਸੀਂ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਉਹਨਾਂ ਨੂੰ ਹਰ ਸ਼ਨਿਚਰਵਾਰ ਨੂੰ ਸੁਣਦੇ ਹੋ ਔਰ ਉਹਨਾਂ ਵੱਲੋਂ ਇੱਕ ਬਹੁਤ ਹੀ ਖੂਬਸੂਰਤ ਫਿਲਮ ਜਿਹੜੀ ਹੈ ਉਹ ਪ੍ਰੋਡਿਊਸ ਕੀਤੀ ਗਈ ਹੈ। ਗਿੱਪੀ ਗਰੇਵਾਲ, ਹਨੀ ਸਿੰਘ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਡਿਬਰੇਜ਼ ਇਹ ਫਿਲਮ ਜਿਹੜੀ ਹੈ ਜਿਹੜੀ ਕਿ ਹੋਲੀਵੁੱਡ ਦੇ ਜਿਹੜੇ ਟੈਕਨੀਸ਼ੀਅਨਸ ਨੇ ਉਹਨਾਂ ਵੱਲੋਂ ਤਿਆਰ ਕੀਤੀ ਗਈ ਹੈ। ਬਲਜੀਤ ਜੋ ਹੋਰਾਂ ਨੇ ਡਾਇਰੈਕਟ ਕੀਤੀ ਹੈ ਔਰ ਇੰਦਰ ਰਾਏਕੋਟੀ ਹੋਰਾਂ ਵੱਲੋਂ ਇਸ ਫਿਲਮ ਨੂੰ ਜਿਹੜਾ ਉਹ ਰਿਲੀਜ਼ ਕਰ ਦਿੱਤਾ ਗਿਆ, ਜਿਹੜੇ ਕਿ ਖੁਦ ਪ੍ਰੋਡਿਊਸਰ ਵੀ ਨੇ ਔਰ ਚਾਰ ਗੀਤ ਜਿਹੜੇ ਨੇ ਉਹ ਇਸ ਫਿਲਮ ਦੇ ਇੰਦਰ ਰਾਏਕੋਟੀ ਹੋਰਾਂ ਨੇ ਲਿਖੇ ਨੇ, ਜਿਹਦੇ ਵਿੱਚ ਗਿੱਪੀ ਗਰੇਵਾਲ ਹੋਰਾਂ ਤੋਂ ਇਲਾਵਾ ਸ਼ੌਕਤ ਅਲੀ ਔਰ ਨਾਲ ਦੀ ਨਾਲ ਰਾਹਤ ਫਤਿਹ ਅਲੀ ਖਾਨ ਔਰ ਕਮਾਲ ਖਾਨ ਜਿਹੜਾ ਕਿ ਬਹੁਤ ਹੀ ਵਧੀਆ ਗਾਇਕ ਹੈ, ਉਹਨਾਂ ਵੱਲੋਂ ਸੁਨਿਧੀ ਚੌਹਾਨ ਹੋਰਾਂ ਵੱਲੋਂ ਇਹਦੇ ਗੀਤ ਗਾਏ ਗਏ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਫਿਲਮ ਦੇ ਬਾਰੇ ਹੋਰ ਵਿਸਥਾਰਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਟੋਟਲ 200 ਤੋਂ ਉੱਪਰ ਪ੍ਰਿੰਟ ਜਿਹੜੇ ਨੇ ਉਹ ਰਿਲੀਜ਼ ਕੱਲ੍ਹ ਕਰ ਦਿੱਤੇ ਗਏ ਨੇ ਸ਼ੁੱਕਰਵਾਰ। ਤੁਸੀਂ ਆਪਣੇ ਨੇੜਲੇ ਭਾਰਤੀ ਸਿਨੇਮੇ ਦੇ ਵਿੱਚ ਜਾ ਕੇ ਇਸ ਫਿਲਮ ਨੂੰ ਜ਼ਰੂਰ ਦੇਖਿਓ। ਕੀ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ ਜਾਂ ਐਗਜ਼ਿਸਟਿੰਗ ਘਰ ਨੂੰ ਰੀਫਾਈਨਾਂਸ ਕਰਕੇ ਉਸ ਵਿੱਚੋਂ ਐਕੁਇਟੀ ਕੱਢਣਾ ਚਾਹੁੰਦੇ ਹੋ ਜਾਂ ਤੁਹਾਡੀ ਘਰ ਦੀ ਮੋਰਗੇਜ ਦਾ ਰਿਨਿਊਅਲ ਟਾਈਮ ਆ ਗਿਆ ਹੈ ਔਰ ਤੁਸੀਂ ਸ਼ਾਪ ਅਰਾਊਂਡ ਕਰ ਰਹੇ ਹੋ, ਤੁਸੀਂ ਹੇਠ ਲਿਖੇ ਨੰਬਰ ਤੇ ਮੈਨੂੰ ਸੁਖਵੰਤ ਠੇਠੀ ਨੂੰ ਕਾਲ ਕਰ ਸਕਦੇ ਹੋ 905-866-6666। ਸਤਿ ਸ਼੍ਰੀ ਅਕਾਲ। ਟੀਵੀ ਦੇਖ ਰਹੇ ਸਾਰੇ ਬਜ਼ੁਰਗਾਂ ਨੂੰ ਇੱਕ ਸਲਾਹ, ਇੱਕ ਸਰਵੇ ਮੁਤਾਬਿਕ ਕੈਨੇਡਾ ਵਿੱਚ ਸਾਡੇ ਬਜ਼ੁਰਗ ਆਪਣੀਆਂ ਧੀਆਂ ਜਾਂ ਪੁੱਤਰਾਂ ਨਾਲ ਰਹਿ ਰਹੇ ਨੇ ਅਤੇ ਡੈਥ ਹੋਣ ਦੀ ਸੂਰਤ ਵਿੱਚ ਐਵਰੇਜ $7,000 ਤੋਂ ਲੈ ਕੇ $15,000 ਤੱਕ ਦਾ ਵੱਡਾ ਖਰਚਾ ਆ ਰਿਹਾ ਹੈ, ਜਦੋਂ ਕਿ ਕੈਨੇਡੀਅਨ ਗੌਰਮੈਂਟ ਵੱਲੋਂ ਡੈਥ ਹੋਣ ਦੀ ਸੂਰਤ ਵਿੱਚ ਸਿਰਫ $2,500 ਹੀ ਪਰਿਵਾਰ ਨੂੰ ਹੈਲਪ ਦੇ ਤੌਰ 'ਤੇ ਦਿੱਤਾ ਜਾਂਦਾ ਹੈ। ਅਗਰ ਅਸੀਂ ਚਾਹੁੰਦੇ ਹਾਂ ਜਿਨ੍ਹਾਂ ਬੱਚਿਆਂ ਨਾਲ ਅਸੀਂ ਰਹਿ ਰਹੇ ਹਾਂ ਉਹਨਾਂ 'ਤੇ ਕੱਲ੍ਹ ਨੂੰ ਫਾਈਨੈਂਸ਼ੀਅਲ ਬੋਝ ਨਾ ਪਵੇ ਅਤੇ ਇੱਕ ਵਧੀਆ ਲਾਈਫ ਇੰਸ਼ੋਰੈਂਸ ਕਰਵਾਈ ਜਾ ਸਕਦੀ ਹੈ ਜਿਸ ਨਾਲ ਸਾਡੇ ਪਰਿਵਾਰ 'ਤੇ ਪਿੱਛੋਂ ਬੋਝ ਨਹੀਂ ਪਏਗਾ। ਅਗਰ ਖਾਸ ਕਰਕੇ ਸਾਡੀ ਕੋਈ ਇਨਕਮ ਹੈ ਜਾਂ ਪੈਨਸ਼ਨ ਮਿਲ ਰਹੀ ਹੈ ਤਾਂ ਥੋੜ੍ਹੇ ਥੋੜ੍ਹੇ ਪੈਸੇ ਦੇ ਕੇ ਅੱਜ ਹੀ ਇੱਕ ਵਧੀਆ ਇੰਸ਼ੋਰੈਂਸ ਕਰਵਾਈ ਜਾ ਸਕਦੀ ਹੈ। ਖਾਸ ਕਰਕੇ ਮੈਂ ਕਹਾਂਗਾ ਅਗਰ ਸਾਨੂੰ ਕੋਈ ਹੈਲਥ ਪ੍ਰੋਬਲਮ ਹੈ, ਸ਼ੂਗਰ ਹੈ, ਬਲੱਡ ਪ੍ਰੈਸ਼ਰ ਜਾਂ ਕੋਈ ਹਾਰਟ ਪ੍ਰੋਬਲਮ ਹੈ ਅਤੇ 80 ਸਾਲ ਤੋਂ ਸਾਡੀ ਅਗਰ ਉਮਰ ਘੱਟ ਹੈ ਤਾਂ ਵੀ ਪੰਜਾਬ ਇੰਸ਼ੋਰੈਂਸ ਵੱਲੋਂ ਤੁਹਾਡੀ ਇੰਸ਼ੋਰੈਂਸ ਕੀਤੀ ਜਾ ਸਕਦੀ ਹੈ। ਹੋਰ ਜਾਣਕਾਰੀ ਲਈ ਤੁਸੀਂ ਪੰਜਾਬ ਇੰਸ਼ੋਰੈਂਸ ਦੇ ਕਿਸੇ ਵੀ ਨੰਬਰ ਤੇ ਸੰਪਰਕ ਕਰ ਸਕਦੇ ਹੋ। ਆਪਣੇ ਟਰੱਕ ਦਾ ਤੇਲ ਚੇਂਜ ਕਰਵਾਉਣ ਲਈ LA ਟਰੱਕ ਲਿਊਬ ਐਂਡ ਵਾਸ਼ ਤੇ ਪਹੁੰਚੋ। 2 ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ ਨੇ, 71 ਸਟੈਫਰ ਰੋਡ ਬ੍ਰੈਂਪਟਨ ਦੇ ਵਿੱਚ ਜਾਂ ਫਿਰ 131 ਦਾ ਵੈਸਟ ਮਾਲ ਇਟੋਬੀਕੋ ਦੇ ਵਿੱਚ। ਤੁਹਾਡੇ ਟਰੱਕ ਨੂੰ ਤੇਲ ਚੇਂਜ ਕਰਕੇ ਤੇ ਧੋ ਕੇ ਬਿਲਕੁਲ ਲਿਸ਼ਕਾ ਦਿੱਤਾ ਜਾਵੇਗਾ। ਫੋਨ ਕਰੋ 905-451-9962 LA ਟਰੱਕ। ਮੇਰੇ ਕੋਲ ਇੱਕ 5 ਬੈਡਰੂਮ ਤੇ 4 ਵਾਸ਼ਰੂਮ ਦਾ ਕੈਸਲ ਮੋਰ ਦੇ ਵਿੱਚ ਇੱਕ ਰਵੀਨ ਲਾਟ ਅਤੇ ਵਾਕਆਊਟ ਬੇਸਮੈਂਟ ਦੇ ਨਾਲ ਇੱਕ ਬਹੁਤ ਹੀ ਸ਼ਾਨਦਾਰ ਘਰ ਹੈ। ਇਸ ਘਰ ਦੇ ਵਿੱਚ ਥਰੂ ਆਊਟ ਹਾਰਡਵੁੱਡ ਫਲੋਰ ਪਈ ਹੋਈ ਹੈ, ਇਹਨੂੰ ਵੇਖਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਆ। ਜੇਕਰ ਤੁਹਾਡਾ ਟਰੱਕ ਕਿਸੇ ਵੀ ਤਰ੍ਹਾਂ ਦੀ ਇਲੈਕਟ੍ਰੋਨਿਕ ਪ੍ਰੋਬਲਮ ਦੇ ਰਿਹਾ ਹੋਵੇ ਜਿਵੇਂ ਇੰਜਨ, ਟ੍ਰਾਂਸਮਿਸ਼ਨ, ਕਲੱਚ ਜਾਂ ਫਿਰ ਆਇਲ ਚੇਂਜ ਤਾਂ ਅੱਜ ਹੀ ਰਸ਼ ਲਿਊਬ ਦੇ ਜਸਕਰਨਜੀਤ ਸਿੰਘ ਨੂੰ ਕਾਲ ਕਰੋ 905-453-6344। ਸੋ ਬਲਵੀਰ ਨੱਥ ਜੀ ਇਸ ਵੇਲੇ ਮੇਰੇ ਨਾਲ ਨੇ ਔਰ ਜਿਹੜਾ ਸ਼ੋਅ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ 12 ਵਜੇ ਤੋਂ ਲੈ ਕੇ ਅਤੇ 7 ਵਜੇ ਤੱਕ ਕਰਵਾਇਆ ਜਾ ਰਿਹਾ ਉਸ ਦੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਬਲਵੀਰ ਜੀ, ਸੋ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ 'ਚ। ਥੈਂਕ ਯੂ ਜੀ, ਅਤੇ ਮੇਰੇ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ, ਸਰਦਾਰੀ ਟੀ ਵੀ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਪਿਛਲੇ ਵਾਰੀ ਜਿਹੜਾ ਸ਼ੋਅ ਕਰਵਾਇਆ ਸੀ ਬੜਾ ਕਾਮਯਾਬ ਰਿਹਾ ਸੀ ਔਰ ਇਸ ਵਾਰੀ ਵੀ ਸ਼ੋਅ ਤੁਸੀਂ ਕਰਵਾ ਰਹੇ ਹੋ ਜਿਹਦੇ ਵਿੱਚ TD ਬੈਂਕ ਅਤੇ ਤੁਹਾਡੀ ਖਾਸ ਕਰਕੇ ਜਿਹੜੀ ਕੰਪਨੀ ਹੈਗੀ ਹੈ ਰੀਮੈਕਸ, ਉਹ ਚੈਂਪੀਅਨ ਜਿਹੜੀ ਆ ਉਹ ਸਪੋਂਸਰ ਨੇ ਮੇਨ। ਸੋ ਕੀ ਹੋਵੇਗਾ ਇਸ ਮੇਲੇ ਦੇ ਵਿੱਚ? ਇਹਦੇ ਵਿੱਚ ਜੀ ਭੰਗੜਾ, ਗਿੱਧਾ ਅਤੇ ਕਲਰਿੰਗ ਕੰਪੀਟੀਸ਼ਨ ਜੀ, ਐਸਏ ਕੰਪੀਟੀਸ਼ਨ ਅਤੇ ਦਸਤਾਰ ਕੰਪੀਟੀਸ਼ਨ
ਇਹ ਤੁਸੀਂ ਮਤਲਬ ਬੱਚਿਆਂ ਨੇ ਘਰੋਂ ਹੀ ਲੈ ਕੇ ਆਉਣੇ ਹੈਗੇ? ਐਸੇ ਵੀ ਘਰੋਂ ਲਿਖ ਕੇ ਲਿਆਉਣਾ ਅਤੇ ਦਸਤਾਰ ਵੀ ਘਰੋਂ ਬੰਨ ਕੇ ਆ ਸਕਦੇ? ਹਾਂਜੀ, ਅਤੇ ਦਸਤਾਰ ਤੋਂ ਸ਼ਾਇਦ ਤੁਸੀਂ ਮੈਂ ਵੀ ਕਹਿੰਦੇ ਵੀ ਹੋਵੋਗੇ ਕਿ ਮੈਂ ਤਾਂ ਆਪ ਦਸਤਾਰ ਬੰਨੀ ਨਹੀਂ ਹੈਗੀ, ਪਰ ਮੈਂ ਸ਼ਾਇਦ ਮੈਂ ਵੀ ਬੱਚਿਆਂ ਨੂੰ ਦੇਖ ਕੇ ਬੰਨਣ ਲੱਗ ਜੂੰਗਾ। ਬਿਲਕੁਲ ਜੀ, ਮੈਂ ਦਰਅਸਲ ਜਿਹੜਾ ਇਹ ਆਮ ਤੌਰ ਦੇ ਉੱਪਰ ਕਈ ਵਾਰੀ ਝਾਕਾ ਹੁੰਦਾ ਜੀ, ਔਰ ਜਦੋਂ ਤੁਸੀਂ ਬੰਨਣ ਲੱਗ ਜਾਓ ਤਾਂ ਫਿਰ ਨੰਗੇ ਸਿਰ ਬਾਹਰ ਨਿਕਲਣਾ ਕਈ ਵਾਰੀ ਮੁਸ਼ਕਲ ਲੱਗਦਾ ਆਪਣੇ ਆਪ ਨੂੰ, ਬੰਦੇ ਘੋਲ ਜੀ ਆਉਣ ਲੱਗ ਪੈਂਦੀ ਆ ਵੀ ਨਹੀਂ ਯਾਰ ਹੁਣ ਮੈਂ ਨੰਗੇ ਸਿਰ ਕੀ ਨਿਕਲਣਾ। ਸੋ ਇੱਕ ਵਾਰੀ ਆਦਤ ਪਾ ਲਓ ਫਿਰ ਪੱਕ ਜਾਂਦੀ ਆ। ਹਾਂਜੀ, ਇਹ ਤਾਂ ਇਹੀ ਹੈ ਵੀ ਆਪਾਂ ਸ਼ਾਇਦ ਆਪਾਂ ਬੱਚਿਆਂ ਤੋਂ ਕੁਛ ਸਿੱਖਾਂਗੇ ਵੀ ਜੇ ਦਸਤਾਰ ਬੰਨ ਕੇ ਆਉਣਗੇ, ਮੈਂ ਵੀ ਮੇਰੇ ਵਰਗਾ ਕੋਈ ਬੰਦਾ ਇੱਕ ਬੰਦਾ ਵੀ ਬਣ ਗਿਆ ਤਾਂ ਸ਼ਾਇਦ ਆਪਾਂ ਇਹੀ ਕਹਾਂਗੇ ਅਸੀਂ ਕੁਛ ਕੀਤਾ ਕਮਿਊਨਿਟੀ। ਗਾਉਣ ਵਜਾਉਣ ਅਤੇ ਗਿੱਧਾ ਭੰਗੜਾ ਵੀ ਹੋਵੇਗਾ ਕਿਉਂਕਿ ਵਿਸਾਖੀ ਦਾ ਸ਼ੋਅ ਹੈ? ਹਾਂਜੀ, ਸਭ ਕੁਛ ਹੈਗਾ ਜੀ, ਇੱਥੇ ਇੰਟਰਟੇਨਮੈਂਟ ਕਾਫੀ ਹੈਗਾ ਅਤੇ ਬਾਕੀ ਆਪਣੇ ਸਿੰਗਰ ਆ ਰਹੇ ਆ ਜਿਹੜੇ ਗਿੱਲ ਹਰਦੀਪ ਹੈਗਾ, ਗੁਰਮਿੰਦਰ ਮਧੋਕੇ ਅਤੇ ਹੈਰੀ ਸੰਧੂ ਪ੍ਰੋਪਸੀ ਮੁੰਡਾ ਆਪਣਾ ਕੈਲਗਰੀ ਤੋਂ ਹੈਗਾ ਜੀ, ਨੌਜਵਾਨ ਦਿਲਾਂ ਦੀ ਧੜਕਣ, ਅਤੇ ਬੁੱਕਨ ਜੱਟ ਬੀ ਐੱਸ ਸੋਢੀ, ਅਤੇ ਆਪਣੇ ਐੱਮ ਸੀ ਹੈਗੇ ਜੀ ਰਾਜਵੀਰ ਬੋਪਰ ਆਏ, ਅਤੇ ਬਾਕੀ ਇਹਦੇ ਵਿੱਚ ਹੈਗਾ ਕਿ ਬੱਚੇ 11 ਕੁ ਵਜੇ ਆਉਣਾ ਸ਼ੁਰੂ ਕਰ ਦੇਣ ਕਿਉਂਕਿ ਜਿਹੜੀ ਕਿਡਸ ਦੀ ਜਿਹੜੀ ਹੈਗੀ ਫੇਸ ਪੇਂਟਿੰਗ ਵਗੈਰਾ ਮੈਜਿਕ ਸ਼ੋਅ ਜਿਹੜਾ ਹੈਗਾ ਉਹ ਆਪਾਂ 11 ਕੁ ਵਜੇ ਸ਼ੁਰੂ ਕਰ ਦੇਣਾ ਹੈਗਾ। ਸੋ ਬਿਲਕੁਲ ਜੀ, ਔਰ ਉਮੀਦ ਹੈ ਕਿ ਤੁਸੀਂ ਜ਼ਰੂਰ ਇਸ ਮੇਲੇ ਦੇ ਵਿੱਚ ਪਹੁੰਚੋਗੇ। ਸੋ ਵਿਸਾਖੀ ਮਨਾਉਣ ਵਾਸਤੇ ਤੁਸੀਂ ਕੱਲ੍ਹ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਪਹੁੰਚਣਾ ਪਰਿਵਾਰ ਸਮੇਤ, ਔਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਇਹ ਮੇਲਾ ਖਤਮ ਹੋ ਜਾਣਾ ਸੋ ਉਸੇ ਹੀ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਬਹੁਤ ਹੀ ਵਧੀਆ ਸ਼ਾਨਦਾਰ ਸ਼ੋਅ ਸਾਈਂ ਗੁਲਾਮ ਜੁਗਨੀ ਹੋਰਾਂ ਦਾ ਹੋ ਰਿਹਾ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਉਹਨਾਂ ਦਾ ਗੀਤ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਬਲਵੀਰ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਲੋਕ ਪਰਖ ਦੇ ਪੀਰਾਂ ਦੇ ਪਰਖਿਆਂ ਨੂੰ ਸਾਨੂੰ ਪਰਖ ਲੈਣੀ, ਪਰਖ ਲੈਣੀ ਉੱਥੇ ਹਰਖ ਗਏ ਨੀ ਵਿੱਚ ਕੱਲੜਾਂ ਦੇ ਮਕਬਰੇ ਮਜਨੂਆਂ ਦੇ ਅੱਜ ਤੇ ਜਾਤ ਦੇ ਗੋਤ ਦਾ ਪਰਖਿਆ ਵਿੱਚ ਕੱਲੜਾਂ ਦੇ ਮਕਬਰੇ ਮਜਨੂਆਂ ਦੇ ਜਿੱਥੇ ਜਾਤ ਦੇ ਗੋਤ ਦਾ ਪਰਖਿਆ ਸਾਨੂੰ ਕੋਈ ਨਿੰਦ ਲੈ ਭੰਡ ਲੈ ਲੱਖ ਭਾਵੇਂ ਸਾਡੇ ਇਸ਼ਕ ਵਾਲਾ ਉਹਨੂੰ ਠਰਕ ਗਏ ਨੀ ਉਹ ਅੱਜ ਪੜਿਆ ਸੀ ਨਾ ਦਿੱਤੀਆਂ ਮੁਰਸ਼ਿਦਾਂ ਨੂੰ ਉਹ ਜਾਂਦਾ ਇੱਕ ਵਾਰ ਫਿਰ ਸਵਾਗਤ। ਔਰ ਜਿਵੇਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਦੱਸਦੇ ਆਏ ਹਾਂ ਕਿ ਅੱਜ ਸ਼ਨਿਚਰਵਾਰ ਹੈ ਅਤੇ ਸ਼ੋਅ ਤੋਂ ਫੌਰਨ ਬਾਅਦ ਤੁਸੀਂ ਹੁਣ ਚੱਲ ਜਾਣਾ ਜੀ ਰੋਜ਼ ਥੀਏਟਰ ਦੇ ਵਿੱਚ, ਜਿੱਥੇ ਬਲਜਿੰਦਰ ਲੇਲਨ ਹੋਰਾਂ ਵੱਲੋਂ ਅਤੇ ਉਹਨਾਂ ਦੀ ਸੰਸਥਾ ਵੱਲੋਂ ਇੱਕ ਬਹੁਤ ਹੀ ਵਧੀਆ ਡਰਾਮਾ ਜਿਹੜਾ ਤੁਹਾਡੇ ਲਈ ਖੇਡਿਆ ਜਾ ਰਿਹਾ ਰੋਜ਼ ਥੀਏਟਰ ਦੇ ਵਿੱਚ, ਬ੍ਰੈਂਪਟਨ ਦੇ ਵਿੱਚ ਇਹ ਡਰਾਮਾ ਹੋਵੇਗਾ। ਕੱਲ੍ਹ ਨੂੰ 8 ਤਰੀਕ ਹੈ, ਸੋ ਕੱਲ੍ਹ ਨੂੰ ਸ਼ਾਮ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਸਾਈਂ ਗੁਲਾਮ ਜੁਗਨੀ ਹੋਰਾਂ ਦਾ ਸ਼ੋਅ ਹੋਣ ਜਾ ਰਿਹਾ। ਸੋ ਇਸ ਸ਼ੋਅ ਦੇ ਵਿੱਚ ਤੁਸੀਂ ਜ਼ਰੂਰ ਪਹੁੰਚਿਓ। ਜੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫੀ। ਅਗਲੀ ਮੁਲਾਕਾਤ ਤੱਕ ਰੱਬ ਰਾਖਾ। Thank you.